इस घर च सन्नाटा करता जी कोई नहीं नजर आउंदे आ ते मारना मेरा काम दसो यार कभी बुढ़ी ने भी मारिया हमेशा खामद मारता तेरे और जरा प्यो है ना तेरा जरा अपना बहिश्ती नहीं ओनू कहना चाहिए दोस्त की है पूछन लग पे चाचा जी लेंटर पाउनु मैं बेटा लेंटर का तो कोई पता नहीं अजे तो सरिया सीधा होना तेरा मेरा व्याह होया एक दिन भी तू प्यार मोहब्बत ना बोली सवाद मिट्टी तेरा मेरा व्याह होया हादसा सी जिहड़ा हो गया हादसा सी सुहागरात वाले दिन मैं घुट चुकिया कहिंदी जानू रहण दिओ मैनू गैस पहली रात क्या जानू मैनू मुंडा चाहिदा इन्हें पावे थले कट के मैनू मुंडा फड़ा दे किड्डी तू क्विक सर्विस हुंदी सै किड्डी तू हुंदी सै अरे मर जा के बड़ा भोला मतलब की गल चंगी तरह समझदा तमीज नाल नहीं बोलदा ओहदे नाल जवान हो गया किथे हैगा किथे हो क्यों जिथे मर्जी होवे खाना हराबा चिक्का भला मुंडा जम्मिया मैं कदी दुआवां देण लग पैंदा कदी तू बददुआवां देण लग पैंदा मेरे नसीब किथे गायब होया सा मैं ना थी अब्बा सुटा सी इन्नी वारी मैं नहीं बजाई जिन्नी वारी तू बजा सा चाची ना मैं नहीं करन दिया अब्बा सुटा सी अब्बे ने भी अगो किया मैं कंड ना बजा अब्बे तेरे को वाजा भी नहीं सी तू की ना किया सी भी ओए निकल जांदी हुंदी है आ तेरी मां ने राती मैनू डरा दी अद्धी रात नू उठ के बाहरों बरांडे च टूप ला के खानी शुरू कर दी खबरदार मेरी अम्मी नू कुछ ना कहया वेला तरह एडी मेरी अम्मी चंगी है तेरी वजह तो सारा खराब होया काम तेरी वजह तो मां आपा बदल ना कमेटी निकल दी है ना नवा 125 अब्बा ले तेरे पेड़ मारनी है तेरे से नहीं नहीं की लक्ष्य बड़ा मजा आएगा अच्छा 14 अगस्त से सिलेंसर काट के अपे नू चलावांगे बहुत अच्छे ते आ जेड़ा ट्राला दिता अल्लाह ने ये आपे चुकया जाएगा किसे कांड ना बजेगा ਬਕਵਾਸ ਕਰੀ ਜਾਂਦੇ ਆ ਚਾੜੀ ਤੇਰੀ ਮੈਂ ਤੂੰ ਪਿਸਤੀ ਹੁੰਦੀ ਮੇਰੀ ਕਾਦੀ ਪਿਸਤੀ ਹੁੰਦੀ ਦੋਸਤਾਂ ਦੇ ਵਿੱਚ ਮੈਂ ਇੰਨਾ ਜਲੀਲ ਹੋਣਾ ਕੀ ਹੋਇਆ ਮੇਰੇ ਸਾਰੇ ਦੋਸਤਾਂ ਦੇ ਅੱਬੇ ਮਰੇ ਨੇ ਮੈਂ ਵਿੱਚ ਉਂਝ ਹੀ ਫਿਰਦਾ ਰਹਿੰਦਾ ਯਾਰ ਸਾਡਾ ਵੀ ਆਪਾ ਮਰੇ ਸਾਡੇ ਘਾੜ ਵੀ ਅਮਾਨਾ ਆਲੂ ਛੋੜਾ ਪੱਕੇ ਕੇਲਿਆਂ ਤੇ ਤਿੰਨ ਤਿੰਨ ਝੋਟੇ ਹੋ ਬਸ ਕਰ ਬਸ ਕਰ ਕਾਉਂਸਲਰ ਆ ਕੇ ਸਾਡੀ ਅੰਮੀ ਨੂੰ ਮਸ਼ੀਨ ਦੇਵੇ ਮੈਨੂੰ ਕਹੇ ਪੁੱਤਰ ਘਬੜਾ ਨਾ ਮੈਂ ਤੇਰਾ ਪਿਓ ਹਾਂ ਮੈਂ ਮਸ਼ੀਨ ਦੇਣੀ ਮਸ਼ੀਨ ਦੀ ਖਾਤਰ ਪਿਓ ਮਾਰ ਦੇ ਨਹੀਂ ਨਹੀਂ ਮੈਂ ਮਸ਼ੀਨ ਪਾਗਲ ਆ ਮਸ਼ੀਨ ਲਵਾਂਗੀ ਹਾਂ ਹੋਰ ਕੀ ਲੈਣਾ ਤੂੰ ਪਿਓ ਮਰੇ ਪਿਓ ਦੇਣ ਛੈਡਾ ਲੈ ਪਰ ਤੇਰਾ ਕੱਖ ਨਹੀਂ ਰਹਿਣ ਮੈਨੂੰ ਨਹੀਂ ਪਤਾ ਮੇਰਾ ਵਿਆਹ ਕਿਹੜਾ ਹੋਣੇ ਤੇ ਮੈਂ ਘਰ ਛੱਡ ਕੇ ਚੱਲ ਜਾਣਾ ਜੀ ਤੇਰਾ ਵਿਆਹ ਮੈਨੂੰ ਨਹੀਂ ਪਤਾ ਆਪਾ ਮੇਰਾ ਵਿਆਹ ਕਿਹੜਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੇਰਾ ਵਿਆਹ ਕਿਹੜਾ ਮੇਰੇ
ਕੀ ਕਹਿੰਦੇ ਆ ਮੇਰੇ ਸਾਰੇ ਦੋਸਤਾਂ ਨੇ ਵਿਆਹ ਹੋਏ ਨੇ ਮੇਰਾ ਨਹੀਂ ਹੋਇਆ ਨਹੀਂ ਮਾਂ ਸਦਕੇ ਜਾ ਤੇਰਾ ਵਿਆਹ ਨਹੀਂ ਹੋਏਗਾ ਬੇੜਾ ਹੋਏਗਾ ਹਾਂ ਮੈਂ ਕਰਾਂਗੀ ਅੱਬਾ ਇਹਦਾ ਬੇੜਾ ਕਰ ਹੋਏਗਾ ਅੱਬਾ ਇਹਦਾ ਵਿਆਹ ਨਹੀਂ ਹੋਏਗਾ ਅੱਬਾ ਕਿਉਂ ਨਹੀਂ ਵਿਆਹ ਹੋਏਗਾ ਵੀ ਤਾਂ ਹੈ ਕੀ ਗੱਲ ਹੈ ਹਾਂ ਅੱਬਾ ਕੀ ਮੇਰਾ ਵਿਆਹ ਨਹੀਂ ਕਰਾਂਗਾ ਮੈਂ ਕਣਕ ਨਹੀਂ ਖਾਂਦਾ ਬੇਟੇ ਖਾਣਾ ਤੇ ਤੂੰ ਸਾਰਾ ਕੁਝ ਹੀ ਆ सारे पाकिस्तान दा आटा तू मुकाता पर तेरा व्याह नहीं हो सकदा मेरा एक बारी व्याह करा वेखी निके निके मस्त होंगे पूरा घर मस्ती दे विच आए आए ए तेरा प्यो मरे कोई वक्त के हो जाए को के हो जाए मानना मैं तेनु एक मशवरा देवा हां मेरा व्याह करो नवे नवे मस्त होंगे ना फिर अबे नु दब के ना वड्डी सारी ओ बना के ना दरबार बनावांगे उठे खुसरे नचावा करा चुप कर कोहास बंद कर बर्बाद कर दे इस निकम्मे दी खातर तेरी भैन कोल जिहड़ी कुड़ी है ਇਸ ਨਕਮੇ ਦੀ ਖਾਤਰ ਮੈਂ ਕਹਿੰਦੀ ਤੇਰੀ ਭੈਣ ਕੋਲ ਜਿਹੜੀ ਕੁੜੀ ਹੈ ਉਹ ਇਹਦੇ ਨਾਲ ਵਿਆਹ ਦੇ ਉਹਨੂੰ ਦੁਬਈ ਭੇਜਣੀ ਹੈ ਨਹੀਂ ਨਹੀਂ ਉਹਨੇ ਉਹ ਬੜੇ ਅੱਛੇ ਘਰ ਚ ਉਹਦਾ ਕੀਤਾ ਮੈਂ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਾਂਗਾ ਇਹਦੇ ਨਾਲ ਸ਼ਾਦੀ ਕਰਾ ਕੇ ਤੇਰੇ ਨਾਲ ਵਿਆਹ ਕਰਨਾ ਹੈ ਨਾਲੇ ਕੌਣ ਦੇਗਾ ਕੌਣ ਦੇਗਾ ਰਿਸ਼ਤਾ ਇਹਨੂੰ ਕੌਣ ਦੇਗਾ ਤੁਮ ਕਿਆ ਸਮਝਦੇ ਹੋ ਜਿਸ ਥਾਂ ਕੋ ਕੋਈ ਰਿਸ਼ਤਾ ਨਹੀਂ ਦੇਦਾ ਲੈ ਐਸ਼ਵਰੀਆ ਰਾਏ ਦਾ ਰਿਸ਼ਤਾ ਆਇਆ ਥਾ ਉਹ ਦੇਵਦਾਸ ਦੇ ਸਾਲੇ ਐਸ਼ਵਰੀਆ ਰਾਏ ਦਾ ਰਿਸ਼ਤਾ ਆਇਆ ਥਾ ਬਸ ਛੋਟੀ ਸੀ ਬਾਸ ਪੜਾ ਗਿਆ ਕੀ ਉਹ ਮੰਨੀ ਨਹੀਂ ਮੈਂ ਮੰਨ ਗਿਆ ਚੱਲ ਕਰ ਲੈ ਮਾਨ ਨਾ ਮੰਨ ਜਾ ਨਹੀਂ ਨਾ ਮੀਠਾ ਬਚਨ ਦਾ ਬੱਚਾ ਰੋਲ ਜਾਣਾ ਸੀ ਆਏ ਬੜਾ ਮਜ਼ਾ ਆਣਾ ਸੀ ਮੇਰੀ ਗੱਲ ਸੁਣ ਤੇਰਾ ਵਿਆਹ ਨਹੀਂ ਹੋ ਸਕਦਾ ਭੁੱਲ ਜਾ ਇਸ ਗੱਲ ਨੂੰ ਬਸ ਅੱਬਾ ਮੈਂ ਕੌਣ ਕਹਿ ਦੇਗਾ ਤੈਨੂੰ ਰਿਸ਼ਤਾ ਅੱਬਾ ਮੈਂ ਤੈਨੂੰ ਸਹੀ ਦੱਸਾਂ ਹਾਂ ਮੇਰਾ ਵਿਆਹ ਹੋ ਸਕਦਾ ਹੈ ਕਿਸ ਤਰ੍ਹਾਂ ਉਹ ਮੇਰਾ ਯਾਰ ਨਹੀਂ ਜੇਡਾ ਉਹ ਨਾ ਕੁੜੀ ਕਹਿੰਦਾ ਬੰਦੋਬਸਤ ਮੈਂ ਕਰਾਂਗਾ ਤੂੰ ਆਪਣੇ ਅੱਬੇ ਨੂੰ ਬਣਾ ਲੈ ਮੈਂ ਤੇਰੇ ਚਪੇੜ ਮਾਰ ਕੇ ਦੰਦ ਪਾ ਦੇਵਾਂਗਾ ਅਗਰ ਤੂੰ ਇਸ ਘਰ ਚ ਜੇਦੇ ਨਾਲ ਨਾ ਲਿਆ ਕਿਉਂ ਮੇਰਾ ਯਾਰ ਹੀ ਬੈਠ ਕੇ ਖਬਰਦਾਰ ਕੋਈ ਯਾਰ ਨਹੀਂ ਤੇਰਾ ਅਵੇਲਾ ਮਾਰ ਉਹ ਫਰੋਡੀ ਹੈ ਉਹ ਬੇਈਮਾਨ ਹੈ ਧੋਖੇਬਾਜ਼ ਹੈ ਜੂਆ ਉਹ ਖੇਡਦਾ ਸ਼ਰਾਬ ਉਹ ਪੀਂਦਾ ਹੁਣ ਤਾਂ ਚਰਸ ਵੇਚਣਾ ਸ਼ੁਰੂ ਹੋ ਗਿਆ ਸ਼ਾਬਾਸ਼ ਸਾਰੀਆਂ ਰਿਪੋਰਟਾਂ ਨੇ ਉਹਦੀਆਂ ਰਹਿਣ ਦੇ ਤੂੰ ਜਿਹੜਾ ਸਾਡੀ ਫੇਵਰ ਦੀ ਗੱਲ ਕਰੇਗਾ ਉਹ ਬਦਮਾਸ਼ ਹੈ ਉਹ ਮਾਰਾ ਹੈ ਤੂੰ ਚਾਹਦਾ ਨਹੀਂ ਤਾਂ ਵਿਆਹ ਹੋਵੇ ਤੈਨੂੰ ਲੱਗੇਗਾ ਪੁੱਤਾ ਅੱਬਾ ਚਾਹ ਲੱਗੇਗਾ ਜਿਸਲੇ ਤੂੰ ਕੰਧਾਂ 'ਚ ਮੂੰਹ ਦੇ ਦੇ ਕੇ ਰੋਏਗੀ ਔਰ ਇਹ ਵੀ ਰੋਏਗਾ ਜਿਹੜਾ ਅੱਜ ਉਹਨੂੰ ਯਾਰ ਕਹਿ ਰਿਹਾ ਖਬਰਦਾਰ ਅੱਜ ਤੋਂ ਬਾਅਦ ਇਸ ਘਰ 'ਚ ਜਿਹਦੇ ਦਾ ਨਾਂ ਲਿਆ ਮੈਂ ਉਹਦੀ ਤੌਣ ਲਾ ਦੇਵਾਂਗਾ ਨਾਲੇ ਮੈਂ ਜਾ ਰਿਹਾ ਕੋਈ ਇਹਦਾ ਵਿਆਹ ਨਹੀਂ ਹੋਏਗਾ ਬਸ ਅੱਬਾ ਜੀ ਮੈਂ ਵਿਆਹ ਨਹੀਂ ਕਰ ਸਕਦਾ ਨਹੀਂ ਮੇਰਾ ਵਿਆਹ ਨਹੀਂ ਕਰਾਣਾ ਨਹੀਂ ਕਰਾਣਾ ਫਿਰ ਮੇਰੀ ਇੱਕ ਗੱਲ ਮੰਨ ਲਓ ਕੀ ਆ ਨਾਲ ਦੀ ਗਲੀ 'ਚ ਜ਼ਰਾ ਚਲੇ ਜਾਣਾ ਕਿਉਂ ਉਹਨਾਂ ਨੇ ਬਜਰੀ ਛਟਾਈ ਹੈ ਜ਼ਰਾ ਪਦਰੀ ਪੁਦਰੀ ਘਾੜਾ ਕੁੱਤੇ ਵਿਆਹ ਪਖਰਾ ਅੰਮੀ ਮੇਰਾ ਵਿਆਹ ਨਾ ਹੋਇਆ ਮੈਂ ਮਰ ਜਾਣਾ ਹੈ ਵੇ ਮੈਂ ਤੈਨੂੰ ਦੱਸਦਾ ਮੈਂ ਖੁਦਕੁਸ਼ੀ ਕਰ ਲੈਣੀ ਹੋ ਬਦਤਮੀਜ਼ਾ ਮੇਰੇ ਸਭ ਵਾਲੇ ਨੇ ਗੱਲ ਦੇ ਵਿੱਚ ਮੇਰੇ ਸਾਰੇ ਦੋਸਤਾਂ ਨੇ ਵਿਆਹ ਹੋਏ ਨੇ ਉਹਨਾਂ ਦੇ ਬੱਚੇ ਮੈਨੂੰ ਮਾਮੂ ਕਹਿੰਦੇ ਨੇ ਚਾਚੂ ਕਹਿੰਦੇ ਨੇ ਮੇਰੇ ਕੋਈ ਬੱਚਾ ਨਹੀਂ ਹੋਇਆ ਵੇ ਨਹੀਂ ਸਦਾਈਆ ਹੋਏਗਾ ਤੇਰਾ ਵਿਆਹ ਵੀ ਹੋਏਗਾ ਅੰਮੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਲੈ ਯਾਉ ਵਿਆਹ ਹੀ ਕਰਾਣਾ ਬੱਚੇ ਹੀ ਪੈਣਾ ਕਰਨੇ ਨੇ ਖਾਨਾ ਖਰਾਬਾ ਮਾਵਾਂ ਨਾਲ ਵਿਆਹ ਕਰਾਉਂਦੇ ਲੋਕੀ ਮਾਵਾਂ ਨਾਲ ਨਹੀਂ ਕਰਾਈਦਾ ਨਹੀਂ ਤੇ ਫਿਰ ਇਹਨੇ ਮੇਰੀ ਮਾਂ ਨਾਲ ਕੋ ਕਰਾਇਆ ਲੋਟੇ ਜੇ ਨਹੀਂ ਕਰਾ ਲੈ ਜੇ ਵੈਸੇ ਅੰਮੀ ਇੱਕ ਗੱਲ ਤੇ ਦੱਸ ਸਕਦੇ ਖਾਤੇ ਦੀ ਗੱਲ ਹੈ ਹਾਂ ਇਹ ਵਿਆਹ ਕੀ ਮੇਰਾ ਆਪਾ ਹੈ ਆਹੋ ਸੋੜਾ ਹੀ ਬਦਤਮੀਜ਼ ਸਿਆਣਾ ਖੋੜ ਖੋਤੇ ਜਿਹੜਾ ਹੋ ਗਿਆ ਤੂੰ ਮੈਨੂੰ ਨਹੀਂ ਪਤਾ ਮੈਂ ਅੰਦਰ ਚੱਲਾ ਜੇ ਮੇਰਾ ਵਿਆਹ ਨਾ ਹੋਇਆ ਅੱਜ ਤੋਂ ਬਾਅਦ ਮੈਂ ਘਰੋਂ ਨਿਕਲਣਾ ਹੀ ਨਹੀਂ ਮੈਂ ਅੰਦਰ ਹੀ ਮਰ ਜਾਣਾ ਟੀਵੀ ਵੇਖ ਵੇਖ ਕੇ ਮੈਂ ਉਹ ਚੈਨਲ ਵੇਖਣਾ ਜਿਹੜੇ ਨੁੱਕਰ ਤੇ 18 ਲਿਖਿਆ ਕੀ ਕਰਾਂ ਮੈਂ ਨਾ ਪਿਓ ਪੁੱਤਰਾਂ ਦਾ ਇਹ ਖੈਰੂ ਨੂੰ ਕੀ ਹੋਇਆ ਖੈਰ ਹੋਵੇ ਸਹੀ ਸਵੇਰ ਦਾ ਸਬਜ਼ੀ ਲੈਣ ਗਿਆ ਮੈਨੂੰ ਪਿਛਲੀ ਦੁਕਾਨ ਚ ਉਹਦੇ ਵਾਲ ਲਿਆ ਮੇਰੀਆਂ ਨਾਸਾਂ ਚ ਦੋ ਟਮਾਟਰ ਦੇ ਦਿੱਤੇ ਮੇਰੀਆਂ ਕੰਨਾਂ ਚ ਦੋ ਮਿਰਚਾਂ ਦੇ ਦਿੱਤੀਆਂ ਮੇਰੇ ਬਗਲਾਂ ਦੇ ਵਿੱਚ ਉਹਨੇ ਦੋ ਖੀਰੇ ਦੇ ਦਿੱਤੇ ਐਡਾ ਵੱਡਾ ਦੁਆਣਾ ਰਹਿ ਗਿਆ ਮੈਂ ਕਿਹਾ ਭਾਜੀ ਮੈਨੂੰ ਕਹਿੰਦਾ ਸਾਰਾ ਹੀ ਮੈਂ ਕਿਹਾ ਭਾਜੀ ਕਤਲੀਆਂ ਕਰ ਲਓ ਇਹਨੂੰ ਟੋਟੇ ਕਰ ਲਓ ਕਹਿੰਦਾ ਨਹੀਂ ਸਬੂਤ ਆਈ ਤੁਹਾਨੂੰ ਪਤਾ ਐਡਾ ਵੱਡਾ ਦਵਾਣਾ ਹੋਵੇ ਤੇ ਗੋਲੀ ਵੱਜੇ ਤੈਨੂੰ ਤੂੰ ਕਿਉਂ ਨਹੀਂ ਫੀਰ ਇਸ਼ਾਰਾ ਕੀਤਾ ਮੰਨਿਆ ਕੀ ਕਿਨੂੰ ਕਰਦਾ ਹੈ ਐਡਾ ਮਰਨ ਵਾਲਾ ਹੋਇਆ ਤੂੰ ਹਾਂ ਮਰਨ ਵਾਲਾ ਹੋਇਆ ਤੇ ਫੇਰ ਹੁਣ ਢੇੜਾ ਕਰ ਕੋ ਤੇਰਾ ਪਕਾਲਾ ਮਰਨਾ ਕੀ ਤੇ ਅੱਜ ਜੋ ਮਰਜ਼ੀ ਪਕਾ ਲੈ ਵੇ
अपनी जवानी च बड़ी अन्न पाई होनी ना मुरादा जा सब्जी लेके आ सब्जी ले मरजड़क से हबशन का बच्चा लगन डे गड्डिया च गड्डिया मरवाइया होनी कोई एक क्योंकि तू हूं भी हजे टैड है मोगलपुरे की नहर बह के खाने ने कभी मैनू कहना मैनू अखबार लिया के मैं उड़ना है मैं ओदा की करा मासूम बच्चा है छोटिया छोटिया फरमाइशा करता क्यों नहीं पूरिया करता सब्जी लैन गया सब्जी आले ने कहा जी दफा हो जाओ इथों तुहाडे कोल पहलों भी पैसे लेने उन्हें सब्जी नहीं दित्ती मैनूं मेरा आबा नहीं मन्नण दिया विआह लई फीस है चल छो इनी हिम्मत नहीं होंगी तो किसी के बाचे हाथ क्यों पाउंदे हो साई है जेड़ा कहने नहीं बना सवेरे उठ के भैन की करिए तो साई सी बंदोबस्त भी करना जेदा जो दोस्त है बंदोबस्त कर देगा शादी जरूर होगी घबराना नहीं किसी गल केड़े जेदे का नाम लै रहे हो जेदा मेरा दोस्त जेड़ा बचपन का फराडिया मंग पत्ते खेलता जे उन्हें अपने सारे घर का समान जुए हराता जे नुकर दे जिन्ने नशेई बहते ने ना सारे पाउडर चल जाओ चल जाओ जेड़ा मेरे विआह की गल करता वह तुम बुरा लगन लगा तू अबे ना मिले मैं पता तू भी बगैर कहते आप चल शरीफ आदमी मैं तेरे अबे ना मिले तेरे अबे ने कोई ईद नहीं मिलता मेरे दो भरा होर हो कि मेरे अबे चो अच्छा हो गए तेरे भरावान नजला होया नक चुके पूछ ला उन्होंने एडा तू डॉक्टर हूँ मैं अच्छा चल मेरे लिए नाश्ता बना नाश्ता करी मेरा नहीं विआह होना इतने जेदा भी पता नहीं कितने गया सवेर का जेदा भी नहीं होया बोले ओ आया जेदा मेरा जीवन मेरी जान की है पाजा ते बजा ए छाड़ देता यार हूँ है कोई गल नहीं बचपन जी च बिठाउणा ने की बजावा चल झूठ नहीं पी झूठ बच्चिया वालिया जिदा तेरिया है शुरू शुरू च तेन प्रॉब्लम होनी है हाँ। फिर तू आड़ी हो जाना पता तेन सारा ही बेचो मामा बजा भी बजाना किधरों इधरों इधरों थोड़ा जा बजा ला मैं ला ला के खा लांगा जेड़ा तू तैयारियां फड़न दे ना मैनू कोई गल खतरनाक ही लगती है नहीं नहीं की होया ओ भोले
खाना खराबा मैं इंज लगन डे मैं पिछौर आ गया नहीं यार पिछौर तो उड़े जेल में मैं रख लिया बस तेरे लिए खुश खबरियां ने कहानियां कुछ खबरियां मेरा आपा नहीं मनन दिया कल नहीं सारे कहंदे ने तेरा यार जेड़ा टोर नंबर है जुआ खेलदा ताश खेलदा लोका के चरस बेचदा ओए ते आजकल फैशन है यार मैं कहूं कौन दो नंबर कहंदा मैं कह मेरा यार नहीं है हो जिया तेरे लिए रिश्ता पसंद कीता मैं अच्छा ऐसी सोहनी कुड़ी तू देख के हैरान हो जाएगा बाल कैमरे च फोटो लगा हीरो कुड़ी पढ़ी लिखी है हीरो बन के बहना तू लगता पश्तो फिल्म का बोर्ड ठीक है कोई हीरो बनना नहीं आता तेनू उठ तो उठ गंदे आ उठ कोई हीरो बन के बना ए ए दे ए तो लग रहा रिकॉर्ड के कुत्ता बैठा है चल बैठ हीरो बन के बैठ ओ कुड़ी तेनू ठीक है बहुत अच्छा है ਇਥੇ ਨਾਲ ਪਾਣੀ ਵਾਲੀ ਟੈਂਕੀ ਰੱਖ ਨਾਲ ਤੌਲੀਆ ਰੱਖ ਯਾਰ ਸਹੀ ਦੱਸ ਕੇ ਹੀਰੋ ਬਣ ਕੇ ਐ ਠੀਕ ਹੈ ਮਈਏ ਤਰ੍ਹਾਂ ਮੂੰਹ ਬਣਾ ਲਿਆ ਤੂੰ ਯਾਰ ਵਿੱਚ ਸਿਆਪਾ ਨਾ ਪਾ ਕੁੜੀ ਮੂੰਹ ਜੇ ਕਰਾ ਤੇਰਾ ਜੋ ਬਣੇਗਾ ਲੈ ਲਈ ਤੇਰਾ ਰਿਸ਼ਤਾ ਕਰਾ ਰਿਹਾ ਮੈਂ ਵਾਜਾ ਵਜਾਣੇ ਬਸ ਪੁਰਬਾਸ਼ ਪਹਿਲੀ ਤਕਲੀਫ ਹੀ ਨਹੀਂ ਜਾਣ ਲਈ तू अपना वाजा आप बजाउंदा रहना ना मजाक की गल नहीं मेरिया पिनिया भी कंबन नहीं आई कुड़ी मेरे ना विआह करेगी हाँ सारी जिंदगी तेरी खिदमत करेगी यार इस कुड़ी ने किसी दरबार तो झंडा तो नहीं लाया इनू एहो जी सजा मिलन दी है यार एहो जी खामत चाहती है मेरी गल सुनो वाजा बजवाव तेनू जो पता तू नहीं मेरिया झूस नहीं बजवा ल मेरिया अखा च पानी आ गया तो ओ हाल होना तेन दस दिया बाद चो दसना मैं चाहिए ना हाँ। दुनिया पे हर डॉक्टर दी फीस दे लेंगे या फीस नहीं तेरे को दी थी मैं दे देंगी तो सिर्फ फेंज करके ना पुड़क कर दो बस ठीक बाकी मेरा भला मैं इंज क्यों कीता क्यों मैं तेरे मजे बाद च आने दे पहले लै लिया तुसी की बचाओगे चूसनी या वाजा वाजा ए तेरी अपनी जिम्मेदारी है खावत मेनू चाहिए अम्मी बेवा है उन्हें तेनू रेहड़ी च पा के मंगना क्यों कुड़ी पसंद है तेनू जेदा जी बिल्कुल सच कह रहे ने मैं ना तेरे नाल शादी करांगी अल्लाह दा वास्ता या थोड़ा रख साईं नु ते कदी किसे खुसरे ने लिफ्ट नहीं कराई तू इथे पाल ले क्यों साईं कुड़ी पसंद ही यार ए ते वाकई सोहनी हूं आहो खूबसूरत ही ना मैनू पसंद है लेकिन एक गल ही
एक गल ही अपने प्यो नूं मना लैना तू जो ना मने तो मेरी जिम्मेदारी कोई नहीं चाचा हमेशा मेरे नाल लड़ता रहिंदा इधर आया ना और किसी आखिरी चमगादड़ ते आ बचिया एक ते मेरी मर्जी के खिलाफ इतने मेरे घर च खलोता है हैं उतो चाचा कहन दे माफी चाहना अंकल अंकल एदा भी ओही मतलब ओए अंग्रेजी नहीं पढ़ा छड़ी हूं एदा भी ओही मतलब आ तू मेनू नहीं ए कहना आइंदा तू अच्छा गल सुनो डब्बू साहब एक बकवास है बुजुर्गां ने एहो जी कलाम अब्बू नु छनी कह छनी सनी थोड़ा मैं पहला ठीक थी ना सनी हां सची मुची ते सनी ने खुदकशी कर लेनी है बुढ़िया बुढ़िया मेनू सही खड़ा हां कर अब्बा ते एदा वड के खड़ना पैना यार बेटे प्यो दा वाजा भी आना चाहना वो तो सारी जिंदगी तेरी मां को नहीं बचिया सही गल है की लेना है मेरे गल है सही गल है एटी एडी फूक ले आवे किथों तू की इथे करना आया की करना आया ਤੁਸੀਂ ਹਮੇਸ਼ਾ ਮੈਨੂੰ ਗਲਤ ਸਮਝਿਆ ਹਾਂ ਮੈਂ ਤੁਹਾਡੇ ਪੁੱਤਰ ਦਾ ਘਰ ਵਸਾਰਿਆ ਘਰ ਵਸਾਰਿਆ ਹਾਂ ਤੂੰ ਹੀ ਮੇਰੇ ਪੁੱਤਰ ਨੂੰ ਗਲਤ ਪਾਸੇ ਲਾ ਰਿਹਾ ਔਰ ਤੂੰ ਹੀ ਉਹਨੂੰ ਸ਼ਾਦੀ ਦੇ مشورے ਦੇ ਰਿਹਾ ਨਹੀਂ ਤੈਨੂੰ ਸਾਈ ਲੋਕ ਨੂੰ ਕੀ ਪਤਾ ਸ਼ਾਦੀ ਦਾ ਉਹ ਤੁਸੀਂ ਨਹੀਂ ਚਾਹੁੰਦੇ ਇਹਦੀ ਸ਼ਾਦੀ ਹੋਵੇ ਸਹਿਬੇ ਔਲਾਦ ਹੋਵੇ ਮੈਂ ਨਹੀਂ ਚਾਹੁੰਦਾ ਕੋਈ ਜਾਇਦਾਦ ਦਾ ਵਾਰਸ ਬਣੇ ਮੈਂ ਨਹੀਂ ਇਹ ਚਾਹੁੰਦਾ ਮੈਂ ਤੇ ਕੁੜੀ ਨੂੰ ਵੀ ਨਾਲ ਲੈ ਕੇ ਆਵਾਂ ਮੰਨ ਗਈ ਇਹ ਕੁੜੀ ਉਹ ਦੇਖੋ ਤਾਂ ਸਹੀ ਕਿੱਥੇ ਉਹ ਦੇਖੋ ਆਹ ਇਹ ਕੁੜੀਏ ਜੀ ਤੇਰੇ ਤੇ ਕਿਸੇ ਨੇ ਤਵੀਜ਼ ਤੇ ਨਹੀਂ ਪਾਈ ਨਹੀਂ ਔਰ ਦੇਖੀ ਤੂੰ ਇਹਦੇ ਨਾਲ ਵਿਆਹ ਕਰਨਾ ਚਾਹਨੀ ਅੱਬਾ ਲੋਈ ਤੇਰੀ ਕੀ ਹੋ ਗਈ ਇੱਕ ਮਿੰਟ ਮੈਨੂੰ ਪੁੱਛ ਤੇ ਲੈਣ ਦੇ ਬੇਟਾ ਜੀ ਤੂੰ ਕਿਤੇ ਜਾਇਦਾ ਤੇ ਲਾਲਚ ਤੇ ਨਹੀਂ ਆਈ ਇੱਥੇ ਕਿਸੇ ਦੇ ਦਬਾਅ ਤੇ ਨਹੀਂ ਆਈ ਨਹੀਂ ਅੱਬਾ ਜੀ ਕਿਸੇ ਨੇ ਜ਼ਬਰਦਸਤੀ ਤੇ ਨਹੀਂ ਕਿਹਾ ਇਹਦੇ ਨਾਲ ਸ਼ਾਦੀ ਕਰ ਨਹੀਂ ਦੇਖੀ ਪੁੱਤਰ ਜੇ ਤੈਨੂੰ ਜਾਇਦਾ ਤਾਂ ਲਾਲਚ ਤੇ ਮੇਰੇ ਕੋਲੋਂ ਸਭ ਕੁਝ ਲੈ ਲੈ ਪਰ ਮੇਰੇ ਪੁੱਤਰ ਦੇ ਵਿਆਹ ਦੇ ਬਾਰੇ ਝੂਠ ਨਾ ਬੋਲ ਤੈਨੂੰ ਪਤਾ ਕਿ ਮਾਂ ਪਿਓ ਦੀ ਸਭ ਤੋਂ ਵੱਡੀ ਖਾਹਿਸ਼ ਕੀ ਹੁੰਦੀ ਹੈ ਆਪਣੇ ਪੁੱਤਰ ਦੇ ਸਿਰ ਤੇ ਸਿਹਰੇ ਵੇਖਣਾ ਤੇ ਜੇ ਤੂੰ ਸੱਚ ਕਹਿ ਰਹੀ ਹੈ ਪੁੱਤਰ ਤੇ ਮੈਂ ਆਪਣੇ ਪੁੱਤਰ ਤੋਂ ਸਾਰੀ ਆਪਣੀ ਦੁਨੀਆ ਵਾਰ ਦਿਆਂਗਾ ਪਰ ਸਾਨੂੰ ਧੋਖਾ ਨਾ ਦੇ ਪੁੱਤਰ ਸਾਨੂੰ ਧੋਖਾ ਬੇਟਾ ਜੇ ਤੈਨੂੰ ਜ਼ਿਆਦਾ ਚਾਹੀਦੀ ਤੇ ਹੁਣ ਵੀ ਮੈਨੂੰ ਦੱਸ ਦੇ ਮੈਂ ਆਪਣੀ ਸਾਰੀ ਜਾਇਦਾਦ ਤੈਨੂੰ ਦੇ ਦਿਆਂਗਾ ਪਰ ਇਸ ਪਾਗਲ ਨਾਲ ਮਜ਼ਾਕ ਨਾ ਕਰੀ ਇਹ ਮੇਰਾ ਪੁੱਤਰ ਪਾਗਲ ਜ਼ਰੂਰ ਹੈ ਪਰ ਇਹ ਮੈਨੂੰ ਆਪਣੀ ਜਾਨ ਤੋਂ ਜ਼ਿਆਦਾ ਅਜ਼ੀਜ਼ ਹੈ ਨਹੀਂ ਅੱਬਾ ਜੀ ਤੁਸੀਂ ਗਲਤ ਸੋਚ ਰਹੇ ਹੋ ਜਾਇਦਾਦ ਮੇਰੇ ਕੋਲ ਬਹੁਤ ਜ਼ਿਆਦਾ ਹੈ ਬਸ ਮੈਨੂੰ ਤੇ ਚੰਗਾ ਲੱਗਿਆ ਹੈ ਤੇ ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ ਉਹਨੂੰ ਚੰਗਾ ਲੱਗਣ ਡਿਆ ਉਹ ਜਲਸਾ ਹੀ ਕਰੀ ਜਾਣ ਡਿਆ ਉਹ ਤੇਰੀ ਖਾਤਰ ਤੇ ਆਖਰ ਤੁਹਾਡੇ ਬੇਟੇ ਕੀ ਪਰਸਨੈਲਿਟੀ ਹੈ ਬੜੀ ਪਰਸਨੈਲਿਟੀ ਗਵਿੰਦਾ ਸ਼ਾਹਰੁਖ ਖਾਨ ਇਹ ਦੇਖੋ ਹਰੀਤਿਕ ਰੋਸ਼ਨ ਕੋਈ ਆਪਣੇ ਪਿਓ ਵਾਲੀ ਵੀ ਹਰਕਤ ਕਰਦੇ ਤੂੰ ਕੀ ਕੀ ਕੋਈ ਨਹੀਂ ਤੇ ਮੈਂ ਕਿੱਥੋਂ ਕਰਾਂ ਲਓ ਜੀ ਬੱਚਾ ਵੀ ਤੁਹਾਡਾ ਠੀਕ ਹੋਏਗਾ ਹਾਂ ਇਹ ਜਿਹੜਾ ਤੁਹਾਡਾ ਬੱਚਾ ਇੰਜ ਨਹੀਂ ਕਰਦਾ ਨਾ ਇੰਜ ਨਹੀਂ ਟੁਰਦਾ ਉਹ ਪੋਲੀਓ ਤੇ ਕਤਰੇ ਵੀ ਪਿਉਂਦੀ ਹੈ ਅੱਛਾ ਵਿਸ਼ਵਾਸ ਨਹੀਂ ਕਰਨੀ ਪੋਲੀਓ ਦੇ ਕਤਰੇ ਪਿਆਂਦੀ ਹਾਂ ਤੂੰ ਫੇ ਵਾਜਾ ਵਜਾ ਉਹ ਪਰੇ ਮਾਰ ਉਹ ਬੇਗਮ ਪਾਪਾ ਆਪਣਾ ਬੜਾ ਵਾਸਤੇ ਮੈਨੂੰ ਲੈ ਦੇ ਵੇਲਾ ਕੁੜੀ ਬਣ ਗਈ ਹੂੰ ਬੇਟਾ ਤੈਨੂੰ ਲਾਤੀ ਐਡੀ ਸੋਹਣੀ ਵਾਵਾ ਬੇਗਮ ਕੀ ਗੱਲ ਹੈ ਕੀ ਤਕਲੀਫ ਹੈ ਤੈਨੂੰ ਹੈ ਪਰ ਤੂੰ ਹਰ ਵੇਲੇ ਹਰ ਵੇਲੇ ਲੜੀ ਜਾ ਬੇਟਾ ਜੀ ਇਧਰ ਆ ਯਾਰ ਖਾਸ ਗੱਲ ਤੇ ਉਹਦੇ ਨਾਲ ਅਸੀਂ ਕਰਨੀ ਭੁੱਲ ਗਏ ਜੀ ਅੱਬਾ ਜੀ ਬੇਟਾ ਜੀ ਜੀ ਇਹ ਆਪਣਾ ਤੇਰੇ ਮਾਂ-ਬਾਪ ਕਿੱਥੇ ਨੇ ਦਰਸਲ ਅੱਬਾ ਜੀ ਉਹ ਤੇ ਮੇਰੇ ਨਿੱਕੇ ਹੁੰਦੇ ਆਂ ਦੇ ਫੌਤ ਹੋ ਗਏ ਨੇ ਉਹਦੇ ਫੌਤ ਹੋਏ ਨੇ ਤੇਰੇ ਹੈਗੇ ਨੇ ਉਹਦੇ ਮਰ ਗਏ ਨੇ ਮੇਰੇ ਅਜੇ ਤੱਕ ਜਿਉਂਦੇ ਨੇ ਤੇਰੇ ਆਪਣਾ ਉਹ ਬਸ ਕਰ ਚਲੋ ਅੱਬਾ ਦੇ ਮਰੇ ਅੰਮੀ ਤੇ ਹੋਰ ਕੋਈ ਕਰ ਲੇਗੀ ਮੇਰੇ ਡੇ ਨਸੀਬ ਕਿਥੋਂ ਤੇਰੀ ਵੀ ਡੇਟ ਐਕਸਪਾਇਰ ਹੋ ਗਈ ਹੈ ਤੂੰ ਨੇ ਡੇ ਚਾਹਤ ਨੇ ਨਾ ਵੀ ਬੇਟਾ ਗੱਲ ਸੁਣ ਜੀ ਅੱਜ ਤੋਂ ਬਾਅਦ ਅਸੀਂ ਤੇਰੇ ਮਾਂ-ਬਾਪ ਅਸੀਂ ਭੋਲੇ ਵਾਲੋਂ ਵੀ ਅਸੀਂ ਹਾਂ ਤੇ ਤੇਰੇ ਵਾਲੋਂ ਵੀ ਅਸੀਂ ਹਾਂ ਅਸੀਂ ਤੇਰਾ ਵਿਆਹ ਕਰਾਵਾਂਗੇ ਤੁਸੀਂ ਇਹਦੇ ਕੀ ਲੱਗੇ ਅਸੀਂ ਇਹਦੇ ਪਿਓ ਲੱਗੇ ਮੈਂ ਨਹੀਂ ਕਰਨਾ ਵਿਆਹ ਕਿਉਂ ਚੁੱਕੋ ਆਪਣੇ ਬਾਜੇ ਚੂਛਣੀਆਂ ਕੀ ਹੋਇਆ ਲੈ ਆਪਣੇ ਬੇਟਾ ਤੂੰ ਉਹ ਤੇ ਤੇਰੇ ਕੀ ਆ ਵੱਡੇ ਆਏ ਯਾਰ ਮੇਰਾ ਮੇਰੀ ਭੈਣ ਨਾਲ ਵਿਆਹ ਕਰਨ ਲੱਗੇ ਨੇ ਯਾਰ ਓਏ ਸੋਹਰਾ ਬੂਏ ਮੈਂ ਤਾਂ ਵੀ ਬੋਲਾਂ ਨਹੀਂ ਬੇਵਕੂਫਾ ਸਸ ਸੋਹਰਾ ਨਾ ਉਹ ਵੀ ਮਾਂ ਪਿਓ ਹੀ ਹੁੰਦਾ ਹੈ
ਤੇਰੇ ਕਿਉਂ ਨਹੀਂ ਫਿਰ ਮੈਂ ਕਿਹਨੂੰ ਅਮੀ ਅੱਬੂ ਕਵਾਂਗਾ ਚੱਲ ਕੋਈ ਨਹੀਂ ਸਾਨੂੰ ਕਿਹਨੂੰ ਸਮਝਾਉਂਦਾ ਓਏ 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 ਕੱਲਾ ਰੇਡੀਓ ਠੀਕ ਕਰਨ ਵਾਲੇ ਮੈਂ ਕਿ ਭੋਲੇ ਦੇ ਅੱਬਾ ਆ ਕੁੜੀ ਇਹ ਲੈ ਕੇ ਆਇਆ ਹਾਂ ਇਹ ਕੁੜੀਆਂ ਲਿਆਉਂਦਾ ਹਾਏ ਮੈਂ ਤੇਰੀ ਸਾਨ ਮੰਨਦਾ ਸੋਹਣੀ ਬਹੂ ਲਿਆ ਕੇ ਨੇਕੀ ਕਰ ਰਿਹਾ ਮੈਂ ਰਿਸ਼ਤਾ ਕਰਾ ਰਿਹਾ ਮਿਹਰਬਾਨੀ ਬਸ ਕੋਈ ਫਜ਼ੂਲ ਖਰਚੀ ਨਹੀਂ ਹੋਏਗੀ ਪੁੱਤਰ ਅੱਜ ਤੋਂ ਬਾਅਦ ਤੂੰ ਇੱਥੇ ਹੀ ਹੈ ਤੇਰਾ ਇੱਥੇ ਹੀ ਵਿਆਹ ਹੋਏਗਾ ਬਸ ਸਾਰੀਆਂ ਤਿਆਰੀਆਂ ਵੀ ਇੱਥੇ ਸਾਰੀਆਂ ਤਿਆਰੀਆਂ ਵੀ ਇੱਥੇ ਮੈਂ ਨਹੀਂ ਵਿਆਹ ਕਰਨਾ ਕੀ ਹੋਇਆ ਚੱਲ ਫੜੋ ਫੜੋ ਯਾਰ ਤੂੰ ਕੜੀ ਕੇ ਪਿੱਛੋਂ ਰੁੱਸ ਜਾਣਾ ਚੱਲ ਵੀ ਤੇਰਾ ਵਿਆਹ ਹੀ ਚੱਲ ਚੱਲ ਤੂੰ ਰੁੱਸ ਯਾਰ ਕੜੀ ਕੇ ਪਿੱਛੋਂ ਮੈਂ ਨਹੀਂ ਕੀ ਕਰਦਾ ਨਹੀਂ ਚੁੱਕੋ ਆਪਣੇ ਪਾਛੇ ਚੂਚਣੀਆਂ ਲੈ ਆਪਣੇ ਤੇਰੇ ਆ ਵੇਖੋ ਤਿਆ ਤੇਰਾ ਵਿਆਹ ਕਰਨ ਯਾਰ ਮੈਂ ਫਿਲਮਾਂ ਦੇ ਵਿੱਚ ਦੇਖੀ ਅਮੀ ਕੀ ਜਦੋਂ ਹੀਰੋ ਤੇ ਹੀਰੋਇਨ ਫਸ ਜਾਂਦੇ ਨੇ ਨਾ ਹਾਂ ਤੇ ਫਿਰ ਅਮੀ ਅੱਬਾ ਅੰਦਰ ਦਫਾ ਹੋ ਜਾਂਦੇ ਨੇ ਹਾਂ ਉਹਦਾ ਮਤਲਬ ਕਿ ਉਹਨੂੰ ਟਾਈਮ ਦਿੱਤਾ ਲੈ ਬੇਗਮ ਆ ਜਾ ਹਾਂ ਚਲ ਆ ਮੇਰੇ ਬੱਚਾ ਤੂੰ ਵੀ ਆ ਕੇ ਚਾਹ ਪਾਣੀ ਪੀ ਲੈ ਲਾ ਦੀ ਕਸਮੇ ਮੇਰੇ ਸਾਹਮਣੇ ਨਹੀਂ ਨਹੀਂ ਬਿਸ਼ਰਮੀਆਂ ਕਰਦੇ ਨੇ ਮੈਂ ਕਿਉਂਕਿ ਇਹੀ ਕਰ ਲੈਣਾ ਫਿਰ ਤੂੰ ਬੇਗਮ ਆ ਜਾ ਤੂੰ ਵੀ ਆ ਜਾ ਉਹਨੂੰ ਟਾਈਮ ਦੇ ਹੁਣ ਤੂੰ ਲਾਇਆ ਤੇ ਤੇਰੇ ਪੈਸੇ ਮੈਂ ਤੈਨੂੰ ਦਿੰਦਾ ਕਿਤੇ ਨਾ ਆ चारा ही पता होंदा उंजी कुनिया बनिया होंदिया नहीं पता तू दस ना चल ऐसी पता की मेनू वैसे ना थोड़ा थोड़ा ब्याह दा पता ही किस तरह एक लाड़ा होंदा एक लाड़ी होंदी ओ ते मेनू भी पता एक लाड़ा होंदा एक लाड़ी होंदी हां लाड़ा लाड़ी दे घर जांदा ही अच्छा उठे ब्याह होंदा ही फिर निकाह होंदा ही कबूल कबूल होंदा ही फिर ना छुआरे वंडे जांदे नी अच्छा पता क्यों वंडे जांदे क्यों कि सारे जाके काम चुकदे फिर ना जेड़ा होंदा ना लाड़े दी मां लाड़ी दी मां लाड़ी दी मां जेड़ी तेरी मां होएगी ओ फिर ओ चल कोई रिश्तेदार होएगी ना ठीक है वो फिर तेल च होंदी हो अच्छा पता क्यों क्यों ताकि लाड़ा फस फस के ना चले फिर निकाह होंदा ही अच्छा फिर ना सारे रोंदे नहीं रोंदे क्यों ने उन्होंने पता होना ना लाड़े ने जुल्म करने ने फिर रोंदे ने हां फिर रोंदे ने फिर डोली च पांदे ने अच्छा गड्डी दे विच ना एंड बैठ ਐਨੇ ਕੋਨੀਆ ਮਾਰਦਾ ਹੀ ਲੜਾ ਐਨੇ ਤੈਨੂੰ ਕਿਵੇਂ ਪਤਾ ਹੈ ਬੰਦਾ ਪੁੱਛੇ ਕੁੱਤਾ ਤੇ ਆ ਪੁੱਤਰਾ ਸਬਰ ਕਰੀ ਦਾ ਘਰ ਜਾ ਕੇ ਤੂੰ ਅੰਨੀ ਪਾਉਣੀ ਪਾਉਣੀ ਹੈ ਫੇਰ ਕੀ ਹੁੰਦਾ ਹੈ ਫੇਰ ਨਾ ਸਾਰੇ ਸਲਾਮੀਆਂ ਦਿੰਦੇ ਨਹੀਂ ਅੱਛਾ ਲਾੜੇ ਨੂੰ ਨਾ ਸਲਾਮੀਆਂ ਦਿੰਦੇ ਭੈਣ ਭਰਾ ਜਾੜ ਅੰਮੀ ਅੱਬੂ ਛੋੜੀ ਅੱਛਾ ਲਾਡੀਆਂ ਕਰਦੇ ਫੇਰ ਲਾੜਾ ਗੁੱਸਾ ਕਰਦਾ ਹੀ ਕਿਉਂ ਕਹਿੰਦਾ ਛੇਤੀ ਉੱਠੋ ਯਾਰ ਟਾਈਮ ਮੁੱਕਣ ਦੇ ਆ ਚੱਲ ਫਿਰ ਮੈਨੂੰ ਨਾ ਡਾਂਸ ਕਰਕੇ ਦਿਖਾ ਜਿਹੜਾ ਫਿਲਮਾਂ ਚ ਨਹੀਂ ਕਰਦੇ ਮੈਂ ਐਮਰੀ ਸ਼ੈਲੀ ਟੀਨਾ ਅੱਛਾ ਜੀ ਮੈਂ ਇਸ ਘਰ ਦਾ ਨੌਕਰ ਹਾਂ ਜੀ ਖੈਰੂ ਹਾਂ ਜੀ ਮੇਰਾ ਨਾਮ ਖੈਰੂ ਖੈਰ ਹੈ ਬੜਾ ਖੁਸ਼ ਹੈ ਕਿਉਂਕਿ ਮੇਰੇ ਸਾਹਿਬ ਦੀ ਅੱਜ ਸ਼ਾਦੀ ਹੈ ਮੈਂ ਇਸ ਲਈ ਖੁਸ਼ ਹਾਂ ਖੈਰੂ ਮੈਂ ਤਾਂ ਕਿਉਂ ਨਹੀਂ ਖੁਸ਼ ਹੋਣਾ ਤੁਹਾਡੀ ਮੇਰਾ ਭਰਾ ਭੋਲਾ ਨਹੀਂ ਉਹ ਪਾਗਲ ਭਰਾ ਭੋਲਾ ਮੇਰੇ ਭਰਾ ਨੂੰ ਪਾਗਲ ਨਹੀਂ ਕਹਿਣਾ ਬਿਨਾ ਮੇਰੀ ਗੱਲ ਸੁਣੋ ਕੁੜੀ ਕਿਧਰੇ ਕੋਈ ਅੰਨੀ ਤੇ ਨਹੀਂ ਨਿਉਦੀ ਕੋਈ ਕਿਸਮਤ ਤਾਂ ਨਹੀਂ ਫੁੱਟ ਗਈ ਨਹੀਂ ਹੋਸ਼ ਕਰਕੇ ਵੇਖ ਕਿਧਰੇ ਉਹਨੇ ਕੋਈ ਬੂਟੀ ਛੁੱਟੀ ਤਾਂ ਨਹੀਂ ਪੀਤੀ ਬੂਟੀ ਨਹੀਂ ਉਹ ਬੂਟੀ ਨਹੀਂ ਪੀਂਦੀ ਬਲਕਿ ਬੂਟੇ ਦੀ ਭੈਣ ਹੈ ਉਹ ਬਦਤਮੀਜ਼ੀ ਨਹੀਂ ਬੋਤੀ ਕਰਨੀ ਰੂਬੀ ਹਾਂਜੀ ਤੇਰੇ ਅੰਮੀ ਅੱਬੂ ਕਿੱਥੇ ਨੇ ਮੇਰੇ ਅੰਮੀ ਅੱਬੂ ਅੰਦਰ ਨੇ ਸ਼ਾਦੀ ਦੀਆਂ ਤਿਆਰੀਆਂ ਕਰ ਰਹੇ ਨੇ ਅੱਛਾ ਬੁਲਾ ਉਹਨਾਂ ਨੂੰ ਅੰਮੀ ਅੱਬੂ ਨੂੰ ਛੱਡ ਦਿਓ ਅੱਜ ਇਸ ਘਰ ਦੀਆਂ ਖੁਸ਼ੀਆਂ ਨੂੰ ਦੁਬਾਲਾ ਕਰ ਦਿਓ ਜ਼ਰਾ ਕੁ ਤੁਸੀਂ ਰੂਬੀ ਮੇਰੇ ਨਾਲ ਵਾਅਦਾ ਕੀਤਾ ਸੀ ਨਾ ਕਿ ਜਦੋਂ ਮੇਰੇ ਭਰਾ ਦੀ ਸ਼ਾਦੀ ਹੋਏਗੀ ਤੁਸੀਂ ਨੱਚੋਗੇ ਗਾਓਗੇ ਖੁਸ਼ੀਆਂ ਮਨਾਓਗੇ ਹਾਂ ਤੇ ਹੁਣ ਹੋਵੇ ਨਾ ਆ ਗਏ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਕੀ ਆ ਰਿਹਾ ਖੁਸ਼ੀਆਂ ਮਨਾਓ ਮਨਾਉਣੇ ਹੋਣਾ ਮੇਰਾ ਭਰਾ ਆ ਗਿਆ ਲਾਈਟ ਰੱਖ ਕੇ ਤੂੰ ਤੇਰੇ ਜਵਾਨ ਭਰਾ ਕੋਲ ਖਲੋਤੇ ਨਾ ਭਰਾ ਇੱਕ ਮਿੰਟ
ਨਾ ਸਾਡੇ ਤੇ ਪਾਉਣ ਲਈ। ਅੱਛਾ ਇਹ ਵਾਲਾ ਕਿਉਂ ਨਹੀਂ ਦੱਸਣ ਲਈ? ਕਿਉਂ? ਇਹਨੂੰ ਮਜ਼ਾ ਬੜਾ ਆਇਆ ਸੀ। ਤਾਰੇ ਕੋਈ ਆਪਣੀ ਪਾਰਟੀ ਆਉਂਦੇ ਸਹੀ पुत्रा मैनू कह मैं गुस्सा करना सी बहुत कहती फीना मेरी वजह तो बगैर तो होया हर गल डांस ची दसनी है उंज नहीं तू सीधा दस सकती कोई मर्दा वाला काम नहीं है छोड़ मोबाइल लैंदे छेती दस दे राती पींदा अपने कमरे च सुता एकदम अख खुली अपनी बीवी कहता जा पानी का गिलास लैके आ पानी का गिलास लैके वापस आई तो फिर सुता बेचारी सारी रात खलोती सवेरे उठ के कहता मेरी बीवी एडी नेक है अपनी बीवी कहता दस तेन की चाहिए कहती बस मैं तला हक दे बहुत पैसे मरे इन्हें अपनी बुढ़ी नूं फोन कीता अगो टेप लगी आपकी बीवी किसी और के साथ मसरूफ है शॉपिंग बाजी बेच के आ चलो मेरी तो बाजी वेख सकती तेरी भैणा ही एडी मासूम ने अल्लाह माफी दे तेरी वड्डी भैण तो उंज मुछा निकल गई अपने सगे खावत के सामने बैठी गई रियाज बंदे का पुत बन जा घंटे चुप खलोता बची नाइया ने मुंडे दौरे पैन लग पाए ਆਹ
ਇਹੋ ਜਿਹੀਆਂ ਕੁੜੀਆਂ ਮੂਲੀ ਵਾਲੇ ਪਰੌਂਠੇ ਖਾ ਕੇ ਆਪਣੀ ਸੁਹਾਗਰਾਤ ਖਰਾਬ ਕਰ ਲੈਂਦੀਆਂ। ਬਦਤਮੀਜ਼ ਕੰਡਾ ਯਾਰ ਅੰਬੈਗਾ ਭਾਈ ਜੀ ਬਦਤਮੀਜ਼ ਆ ਸੋਹਣਿਆ ਬੋ ਗਿਆ ਹਾਂ ਓਏ ਔਰਤ ਹੀ ਆ ਤੂੰ ਬਗਾਨਾ ਖਿੱਚ ਕੇ ਨਾ ਗਿਆ ਪਹਿਲੇ ਹੀ ਹਾਲੀ ਫਲਾਉਣਾ ਅੱਛਾ ਤਿੰਨ ਤੋਂ ਬੜੀ ਇੱਕ ਓਏ ਓਏ ਹੌਲੀ ਹੋ ਜਾ ਜੀ ਹੌਲੀ ਹੋ ਜਾ ਜੀ ਲੱਗਦਾ ਕੋਈ ਬੜੀ ਗੱਲ ਹੈ ਬਾਣੀ ਤੇਰਾ ਭਰਾ ਗਿਆ ਨੀ ਤੇ ਜਿੱਡਾ ਮੈਂ ਚਾਹਾਂ ਮੈਂ ਝੁੱਟੀ ਮਾਰ ਕੇ ਵੀ ਕੰਮ ਨਵੇੜ ਦੇਣਾ ਤੇਰੀ ਭੈਣ ਸਾਰਾ ਹੈ ਤੇਰੀ ਭੈਣ ਜੱਫੀਆਂ ਤੇਰੀਆਂ ਸ਼ੇਖ ਜ਼ਾਇਦ ਵਾਲੀਆਂ ਇਹ ਭਾਜੀ ਪਹਿਲੇ ਦੌਰ ਦੇ ਵਿੱਚ ਔਰਤ ਸੀ ਤੁਸੀਂ ਕਿਉਂ ਭਾਈ ਮੈਂ ਕੋਕਾ ਪਾਇਆ ਹੋਇਆ ਸੋ ਰਹੇ ਹੋ ਕੁੱਤਾ ਬਣਾਇਆ ਰਾਤ ਨੂੰ ਇੱਕ ਔਰਤ ਆ ਕਹਿੰਦੀ ਭਾਈ ਕੀ ਲਾਇਆ ਭੁੱਲ ਗਿਆ ਕਹਿੰਦਾ ਆਪਾਂ ਜੀ ਪੁੱਛੋ ਤੂੰ ਮੈਗੋ ਲੈਣ ਦੀ ਸੌਦਾ ਵੇਚਣ ਦੇ ਪੈਟਰੋਲ ਪੰਪ ਤੇ ਮੋਟਰਸਾਈਕਲ ਲੈ ਕੇ ਕਹਿੰਦਾ ਤੇਲ ਪਾ ਦੇ ਤੇਲ ਪਾ ਕੇ ਦੂਸਰੇ ਨੇ ਕਹਿੰਦਾ ਵੈਪਰ ਮਾਰ ਉਹਨੇ ਰੱਖ ਕੇ ਲੱਕ ਚ ਮਾਰ ਰਿਹਾ ਪੈਟਰੋਲ ਪੰਪ ਤੇ ਗੱਡੀ ਤੇਲ ਪਾ ਦਿਆ ਉਹਨੂੰ ਜਾ ਕੇ ਚਾਚਾ ਜੀ ਜਿਹੜਾ ਪੈਰ ਤੇ ਧੋਣ ਮੇਰੇ ਚਲੋ 1650 ਰੁਪਏ ਪੈਰ ਧੋ ਗਿਆ ਤੇਰਾ ਨੱਕ ਤਾਂ ਅੱਗੋਂ ਚੜ ਜਾਂਦਾ ਕਲੀਅਰ ਕਰ ਮਰਾਸੀ ਹੈ ਤੂੰ ਰਾਜਪੂਤ ਜਿੰਨ ਭੂਤ ਹੈ ਤੂੰ ਰਾਜਪੂਤ ਇਹ ਕੁੜੀ ਕੌਣ ਹੈ ਇਹ ਸ਼ਰਾਬ ਦੇ ਨਾਲ ਨਿਮਕੋ ਮਾਫ਼ ਕਰਨਾ ਇਸ ਦਫ਼ਾ ਮੈਂ ਸ਼ਰਾਰਤ ਕੀਤੀ ਲੈ ਕੇ ਚਲਾ ਗਿਆ ਕਹਿੰਦਾ ਦਸਾਂ ਦਾ ਤੇਲ ਪਾ ਦੇ ਉਹ ਕਹਿੰਦਾ ਟੈਂਕੀ 'ਚ ਰਹਿਣ ਦੇ ਕੰਨਾਂ 'ਚ ਪਵਾ ਲੈ ਕੋਈ ਬੰਦਾ ਨੀ ਜਾਣਾ ਮੇਰੇ ਦਾਦੇ ਦਾ ਫੋਨ ਆਇਆ ਦੋ ਦਿਨ ਤੋਂ ਅੱਛਾ ਉਹ ਕਹਿੰਦਾ ਪੁੱਤਰ ਇੱਥੇ ਰਾਸ਼ੀ ਬੜਾ ਮੈਂ ਆਪ ਦੋ ਦਿਨ ਦੀ ਕੰਧ ਤੇ ਬੈਠਾ ਸਾਰੀ ਦੁਨੀਆ ਨਮਾਜ਼ ਪੜ੍ਹਨ ਗਿਆ ਮੌਲਵੀ ਸਾਹਿਬ ਕਹਿੰਦੇ ਅੱਗੇ ਆ ਬਈ ਕਹਿੰਦਾ ਮੌਲਵੀ ਸਾਹਿਬ ਕੀ ਤਾੜਾ ਤੇ ਇੱਥੇ ਛੱਡ ਦਿਓ ਇਹ ਦੇਖੋ ਇਹ ਰੋਜ਼ਾ ਰੱਖ ਕੇ ਕਾਲੇ ਡਰ ਗਏ ਕੋਈ ਛੇਤੀ ਖੁੱਲਦਾ ਸਾਰੀ ਦੁਨੀਆ ਫੋਨ ਇੱਥੇ ਰੱਖ ਕੇ ਸੁਣਦੀ ਹੈ ਇੱਥੇ
तू नहीं ठीक हो सकती, तू नहीं मैं कहते ना गल कर अपनी तकदीर ना कर रहे प्यो ने पता कहता वेखो चाचा जी कैसा मकान बनाया जराबा सुंग बैठा लगता एक दो तीन चार तू बिस्तरे तक जाएगा ठीक कर सिगरेट सुटिया पैर ने बुझा गया अज तक वापस नहीं आया हामी ना भर लियो माया सवेर का खाता भी कुछ नहीं चाहते फुला पानी दे शादी का कार ही है तो रेट हो पई है नहीं नहीं
ਸੁਹਾਰੇ ਪਾ ਕੇ ਖਾਧੇ ਨੇ ਮਜ਼ੇ ਆ ਗਏ ਆਪਣਾ ਭਾਈ ਨਾ
रोटियां मैंने रोटी पका के देनी करनी अच्छा गल अपना भाई मार्केट जो भी रेट चल रहा लेकिन मैं 500 तो ज्यादा नहीं दे सकता सलामी यार सलामी भाई जान कहंदे अच्छा ही कहंदे बहुत है ना मंगी ओरे को ओ अपनियां बेचारे दीयां भैणां जवान ने किथे दिंदा नहीं सही गल किथे फस जाना यार भैणे भैण तुहाडी ना आ कोई गल करो अपना गल है कि जी मैं निकाह खा ले के यार ने जे बड़े मसरूफ निकाह खाने यार उन्होंने कहा मेरा छेती ना कबूल तू बैठ बैठ तू बैठ अपनी कोशिश रख तेरा मेरा कबूल कबूल होने लगा ही अच्छा गल सुनो भी अज तेरा निकाह तू तो पिंड जाके मंगता नहीं कि मैं भईद मरा दे मरिया नहीं मैं लुकिया बड़ा मशहूर ही बीबीसी वड्डे वड्डे चैनल इंटरव्यू होन दे एडी वजह तो माइकल जैक्सन ते परचा होया सी लेकिन मेरा ख्याल है कि मेरी भी तो ऐसे पर्चा आ तू सच्चा है मैं कह रहा हूं किसी और गल तो मशहूर ही ऐसे हो ना ये पर्चे तो बाद काम छोड़ देता है या जारी कर सकता जी अपनी गल्लां च लगे रहना असि दोवां जीयां ने रहना ही नहीं असि जी बने नहीं तू अपने निकाह खान बुला लिए ते बाहर इन्हें चल जाए बड़े मशहूर निकाह खान मैं कह अबू निकाह खान आ रहे जरा ढेड टोंग दो जल्दी निकाह पढ़ा लो चार लाशां भी पईयां ने जनाजे भी दफनाने मेरा का जेहो जिहा
तेरा मूड है साडा ही हो जाना मैं लगता है। घंटा रह गया जिन्हें जिन्हें आंकड़े का नंबर लिखा होने लगा माहौल बनया ग्रुप लैके दुबई चलो सारिया दुबई चल जानिया जो मासी का मूह इन्हें छिदर नहीं टपना की ना जी बच्ची का अजकल बच्ची के पहुंचे किने रखने नहीं तेरी भैन अपना लिखो स्वीटी स्वीट इंग्लिश लिखो ना लिखो अपना एस जबर खड़ा पेश ऊ और तेरा बेड़ा कर जाए बच्ची का मसला प्रोफेसर बच्ची का मसला इस खड़ा ना करो एस खड़ा ऊ ऊ एस खड़ा ऊ कर लिया एस खड़ा कर लिया तेरा ध्यान नहीं पैन दिया एस मैं कर लिया उदों खड़ा का खा साहब स्वीटी लिखना जे सुई रख के उत्ते बैठ के को स्वीटी दाल पाने बंबू वर्गा कुड़ी दे प्यो दा नाम जी लिखो जी तारक टैडी तुसी पढ़ाओ मैं जरा ना साइकिल स्टैंड ते लाओ बैठो बैठो खराब हो जंदे गल करते मसरूफ निकाह खान कुड़ी दे पढ़ा दा नाम लिखो जी ओ लिखा दे जी सरदार कमाल कौन है तड़चो केड़ा तड़चो ए क्या केड़ा बगैरत है केड़ा कंजर ए कह ना बात है अच्छा तुसी केड़ा टीपू सुल्तान हो जनाब फिर ओ तू पिछे गल ना करो तेनु गोता ना आ जे ए कुड़ी दे खावन दा नाम लिखो जी जी अगोशी टू बड़ा तेरा टंग दे चोर सोचा बिस्ती हुई मेरे अच्छा जी अपना बच्ची की तलीफ पुछो कोई काम करो 5350 रुपए की खातर आए हैं अच्छा गल सुन लो जी अपना सूट किन्ने बच्ची दे लिखने ने अपना गल सुन लो कुड़ी दे बाल साहब दा ते नाम हो गया कुड़ी दी मां कोई है ओ जी पता ही नहीं लगा बलवा आया सी बलवा आया सी अच्छा ओदे विच पता नहीं कौन ले गया उन बेचारी नु पता नहीं लगा ओहो पता ही नहीं लगा मैं मां बैठी और गैस दी सिम में ए मुंडे दी मां ए बस आ भाई देगा मां जी नाल विच खलोसा जंग चीज अच्छा जी मुंडे दा नाम पोला पोला दसो पोला पोला असल नाम आदि आदल पोला बहुत पोला है सब कुछ दसना पैना है पोले मैं जो जो तुम दसांगा ना फिर भाभी उस तरह तू दस देना है ठीक है ठीक है तेरी भैन वर्गी है मैं कभी इतराज की विचले भी लिखो 19-20 केड़े विचले यार यार इकट्ठे करिए थे मैं जी प्यो मैं रौला पै जाने का प्यो लियो
जल्दी निकाह पढ़ा लो, मैं जाके लारी अड्डे ना बिस्तरे भी किराए ते देने ने। यार मेरा ब्याह कड़ा हो यार, इत्थे की जुगटो जुगटी होए हो यार। यार इत्थे जशन होने ने की करना पया तुसीं? जशन होएगा ना, मेरी भैन नचेगी, बड़ा सोहना नचेगी। ए नचदी होंदी वा बारी थानी वेखदा हुंदा, ओ भी करदी हो दुध प्यार वाला पी लै वे। इहने नचणा है? ओ इहने नचणा है, इहने नचणा है। हां जी ना पुत्र, इत्थे कोई आस ना लाई जी, इहने नचणा तेनू मेहनत मजदूरी करनी पैणी। जे ना भी तू मेहनत कीती ना, ते तू पल्ले इक अद्धी बच्ची लै के नचाउणी जरूर है। जोड़ी लिखनी चपेट क्यों नहीं मारती? नहीं नहीं, ओ बच्ची मासूम है। आ बच्ची दा पहला निकाह है माशाल्लाह। चलो सानू तेने पहले ही दसिया बाकी। मैनू की आना? मैनू की आना? मैनू की आना? और क्यों मारना है? मैनू दिल च गाला करदा है। ओ जे हो जा तेरा मुंह, तेनू सामने भी पकड़े ते तेनू गैरत नहीं आनी चाहिए। ए की होया? तेनू की होया? तू क्यों नहीं कढ़ता? मैं पढ़िया लिखिया। दसो दसो ते तानू बोटी कबूल, तानू भोला कुड़ी नूं पुछ लैंदे ओ ओ जलालत। पहले मैनूं ते कह लैंदे यार तू गलत कढ़ाउंदे आ यार। तानू भोला नाल ओहदे चार दोस्त कबूल ने। ओहो यार यार मैं हो रिहा पौधे मजाक हो रिहा यार, मजाक कर रिहा। ए की होया? ओ क्यों मारना है? इन्नी देर होई है गा भी नहीं सु कड्डी। यार मनु मारी जा रहे, मनु पहला निकाह वेख्या जे लाठी चार्ज भी होण डिया। लाठी खुशियां नीट वाली जी निकली है। लो जी निकाह हो गया, तन कबूल कबूल है, कबूल है कबूल। ओ मुंह सीधा रखो, फजूल ना कही जाए। कबूल है तेरे आप ही कहो। कबूल है कबूल है कबूल। यार जो है भाभी दी मेनू मर्जी नहीं होए कड्डे। भाभी की कही? पुत्र तू इस ड्रामे नो मसीतो पखा ही ला लंदा। चित्र खाई जा रहा है। यारो मनासियां नु बुलाओ, जेडे बुलाओ भी बुलाओ। मैं बुलाना। मुबारक होए, मुबारक होए। हां मुबारक दे। हां ओ इधरा भाई, इधरा आओ आओ आओ, बजाओ भी सारे। मेहंदी ता सजदी, ओ मेहंदी ता सजदी। मुंडे दी मां सहमा हां, मां नचे खड़कन दिल देता मारे दोनों दी मार होवे थक जिना ने। सर कमा पा दे खड़कन दे रे, क्यों तेज होया? ठहर ते जा। ओए खड़कन दिल देता मारे दोनों दी मार होवे थक जिना ने। पैसे कढ़ लो सारे या पहुंचो उते मारो।
ਰਾਣਾ ਸਾਹਿਬ ਫੇਰ ਤੂੰ ਆਪਣੀ ਆਈ ਤੇ ਆ ਗਿਆ ਓਏ ਓਏ ਇਹਦਾ ਵਾਕਿਆ ਸੁਣਾਵਾ ਇਹਦੀ ਅੰਮੀ ਗਈ ਬਾਜ਼ਾਰ ਇਹਦੀ ਅੰਮੀ ਗਈ ਬਾਜ਼ਾਰ ਉੱਥੇ ਵੇਖਿਆ ਕੈਂਟਾ ਕਾਟ ਇਹਦੀ ਅੰਮੀ ਗਈ ਬਾਜ਼ਾਰ ਇਹਦੀ ਅੰਮੀ ਗਈ ਬਾਜ਼ਾਰ ਉੱਥੇ ਵੇਖ ਲਿਆ ਸਾਡੇ ਕਹਿਣੇ ਉੱਤੇ ਮੈਂ ਬੜਾ ਚੁੱਪ ਰਿਹਾ ਵਾ ਤਿੰਨ ਮਹੀਨੇ ਤੁਹਾਨੂੰ ਮੈਂ ਕੁਛ ਵੀ ਨਹੀਂ ਕਿਹਾ ਅੱਜ ਮੱਛੀ ਖਾ ਲਈ ਯਾਰ ਦੇਣੀ ਮਤ ਮੈਂ ਇਹਦੀ ਮਾਰ ਇਹਦੀ ਅੰਮੀ ਕੱਲੀ ਕਾਰ ਉੱਥੇ ਵੜ ਗਿਆ ਸੂਫੀ ਯਾਰ ਜੇ ਤੂੰ ਲੈਣੀ ਟੂਡੀ ਕਾਰ ਲਾ ਲੈ ਸਿਗਰਟ ਤੇ ਬਹਿ ਜਾ ਕੱਢ ਲੈ ਥੋੜਾ ਟਾਈਮ ਮੈਨੂੰ ਚਖ ਲੈ ਥੋੜਾ ਯਾਰ ਅਜੀ ਬਾਜੀ ਗਈ ਬਾਜ਼ਾਰ ਹੁਣ ਲਿਆਂਦੇ ਖੀਰੇ ਚਾਰ ਕਰਦੀ ਇੱਕ ਮਿੰਟ ਇੱਧਰ ਆ ਖੁਸ਼ੀ ਦਾ ਮੌਕਾ ਤੁਸੀਂ ਚਵਲਾ ਵੱਢ ਲਈਆਂ ਇਹ ਹੁਣ ਖੁਸ਼ੀ ਦਾ ਮੌਕਾ ਹੈ ਹੁਣ ਕੈਸ਼ੀ ਖੋਤੇ ਦੀ ਗੱਲ ਸੁਣੋ ਹਾਂ ਇਸ ਮੌਕੇ ਤੇ ਪਤਾ ਲੱਗਾ ਅੰਮੀ ਹੋਰੀ ਪੁਰਾਣੇ ਡਾਂਸਰ ਦੇ ਮਹਿੰਦੀ ਤਾਂ ਜੱਜਦੀ ਜੇ ਨੱਚੇ ਮੁੰਡੇ ਦੀ ਭੈਣ ਨਾਨਕ ਤਾਂ ਸੱਜਦੀ ਜੇ ਨੱਚੇ ਭੈਣ ਦਾ ਯਾਰ ਮਹਿੰਦੀ ਨੱਚਣ ਕੁੜੀ ਤੇ ਯਾਰ ਚਲੇ ਗਏ ਨੇ ਮੈਨੂੰ ਨਹੀਂ ਪਤਾ
लंदनो आ रही मेरी सहेली जख्म तो वड्डा होंदा है भैन का खसम है मैं मां का खसम ਉਹਨੂੰ ਖਸਮ ਦਾ ਪਤਾ ਨਹੀਂ ਲੰਦਨ ਚੋਂ ਆਈ ਖਸਮ ਦਾ ਪਤਾ ਹੀ ਜਿਹੜਾ ਪੈਸੇ ਦਵੇ ਨਾ ਦਵੇ ਨਾ ਦਵੇ ਉਹ ਤੇਰਾ ਦੋਸਤ ਜਿਹੜਾ ਤੈਨੂੰ ਕਾਰਡ ਫੀਡ ਕਰਾਉਂਦਾ ਓਏ ਹੋਰ ਸਾਰੇ ਆ ਖੀਰੇ ਫੀਡ ਕਰਾਉਂਦਾ ਏ ਉਹ ਖੀਰੇ ਕੌਣ ਫੀਡ ਕਰਾਉਂਦਾ ਪਰੇ ਮੂੰਹ ਰੱਖਿਆ ਕਰ ਬੁਲਾਓ 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 ਨੂੰ ਚਲੋ ਆ ਜਾਓ ਮੇਰੀ ਜਾਨ ਤੇਰੇ ਲਈ ਤੇਰਾ ਪਲਾ नजायज तलकात ने तू फ्री होया इस मुंडे नूं धुनिया की चुम्मी लैण की आदत है देखो मेरी बात सुनो मेरी तुम्मी का की फायदा ਉਹ ਸ਼ੀਸ਼ਾ ਰੱਖ ਕੇ ਵੀ ਦੇਖੀ ਸੀ ਉਹ ਲੱਗਦਾ ਦੂਰ ਕਿਤੇ ਕੋਟ ਦਾ ਬਟਨ ਲੱਗਾ ਜੀ ਭਾਜਨ ਤੁਹਾਡੀ ਸ਼ਾਦੀ ਹੈ ਜੀ ਨਾ ਵਿਆਹ ਹੈ ਜਾਂ ਤੁਸੀਂ ਮੰਨੋ ਨਾ ਮੰਨੋ ਇਹ ਔਰਤ ਮੁੰਡੇ ਨਾਲ ਨਹਿਰ ਤੇ ਵੀ ਨਹਾਉਣ ਜਾਂਦੀ ਜੀ ਉਹ ਤੇਰਾ ਫਿੱਟੇ ਨੂੰ ਓਏ ਔਰ ਬਤਮੀ ਸੇ ਉੱਥੇ ਹੀ ਕਹਿੰਦਾ ਇੱਥੇ ਹੀ ਜਦੋਂ ਅਸੀਂ ਅੱਬਾ ਸੁੱਤੇ ਹੁੰਦੇ ਨਾ ਦੁਪਹਿਰੇ ਪੱਖਾ ਲਾ ਕੇ ਉਦੋਂ ਅੰਮੀ ਜਾਂਦੀ ਉਹ ਨਹਿਰ ਤੇ ਮੈਂ ਇੱਕ ਹੋਰ ਗੱਲ ਦੱਸਿਆ ਇਹ ਵੀ ਕੁੜੀ ਨਹਾਉਂਦੀ ਜੇ ਤੇ ਸਾਰੀਆਂ ਕੁੜੀਆਂ ਨਹਾਉਂਦੀਆਂ ਓਏ ਉਹ ਪੱਥਰ ਇਸਤਰੀ ਕਰਨ ਵਾਲੇ ਨਹਾਉਂਦੀ ਜੇ ਸਾਰਿਆਂ ਮੇਰੀਆਂ ਨਕਲਾਂ ਲਾਈ ਆਉਂਦਾ ਕਿਤੇ ਮੇਰੇ ਪਿਓ ਦਾ ਤਾਂ ਨਹੀਂ ਹੋਇਆ ਮੇਰੇ ਪਿਓ ਦਾ ਤਾਂ ਨਹੀਂ ਮਿਲਣਾ ਇਹੋ ਜਿਹਾ ਬੰਦਾ ਸਿਰਫ ਘਰੋਂ 1200 ਰੁਪਏ ਦਾ ਬਾਂਦਰ ਲੈਣ ਨਿਕਲਿਆ बस यार हुण इत्थे करन आया की प्रोग्राम लाउनी जशन फिर हो जाए फिर एक कुड़ी नचेगी आ जेड़ी असी बगैरत नहीं अपनी औरतां नचाइए एक गाने तो बाद में नची तेन दसा की गल है अम्मी जी बदमाश
ਬਦਮਾਸ਼ਾ ਬੋਟਾ ਨਾ ਕਰ ਤੇਰੀ ਸਾਰੀ ਬਦਮਾਸ਼ੀ ਹੱਲੀ ਹੂ मेरी गल हुई है हुन कमरे च चल ओए बदमाश है ओए बदमाश ढंग बात है या सुचल बदमाश है सुचल बदमाश जो मैं कहूंगा कर लेगा ओए बदमाश है ओए बदमाश ऐसे कर लेगा ओए इंजेक्ट कर लेना ओए रुक के मर जाओ तो पकौड़े वाला भी काट लेगा ओए बदमाश है ओए बदमाश ओए इंजन कर लेने ओए इंजन कर लेना ओए डुब के मर जा की करन दे ओए ओ ते ख्वाबा वाला भी कर लिंदा है ओए बेगड़दा बाहर निकला बेगड़दा ओए बदमाश है ओए बदमाश जो मैं कहूंगा कर लेगा गाने दे विच बदमाशी उबलदी वेखी इस पते दे पहुंच जाई बदमाशा मेरी इज्जत लोटो है ओए बदमाश है ओए बदमाशा ते क्या करहा मैं पुत्तरा पंज करया वाला ओए मैं पुत्तरा पंज करया वाला सानू पहले ही पटा दिए कल्ले बने दा काम ही नहीं ओए बदमाश है ओए बदमाशा ते गिरेबान खोल के फिर कौन आया भाई बदमाश ही बड़ा बड़ा बदमाश है केड़ा बदमाश है केड़ा बदमाश है ओए अच्छू बदमाश आया प्रेशर कुकर ठीक करा लो भगवान जी नौकर है ताडे एहो कुछ ही आगा जी ए जी ओए हां जी ओ बेगड़ता नोट पाटा है ओए ते तेरी की गारंटी है ओए बदमाश है ओए बदमाश क्या मैं पक्का वापस नहीं करना ओए मैं पक्का वापस नहीं करना ओए ते साले आ किस टांडे ओए तू सही करो होना है आ बुबलो आ ना बुबलो आ ओए बदमाश आ की है आ बदमाश ओए बदमाश जा तेरा खांदा खराब जा तेरा बेड़ा गर्क गया तेरे बदमाश ਸਾਡਾ ਵਾਸਤਾ ਹੀ ਆਪਾਂ ਹੁਣ ਕਮੀਜ਼ ਨਾ ਚੁੱਕੀ ਕੱਲ ਟੋਕਲੀਆਂ ਸੀਟਾਂ ਸਸਤੀਆਂ ਹੋ ਜਾਣੀਆਂ ਤਾਂ ਬਦਮਾਸ਼ਾ ਤੇਰਾ ਕੱਖ ਉਹ ਬਗੈਰਤਾ ਥੱਲੇ ਸ਼ਮੀਜ਼ ਹੀ ਪਾ ਲੈ ਕੈਸਾ ਪੁਰਾਣੀਆਂ ਮਾਈਆਂ ਵਾਲਾ ਪਿੰਡਾ ਵਹਾਉਣ ਦੇ ਉਹ ਨੇੜਾ ਪਿੰਡਾ ਵੀ ਨਹੀਂ ਅੱਬਾ ਉੱਤੇ ਚਕੋਰ ਕਰਨ ਵਾਲੀਆਂ ਬੋਤਲਾਂ ਵੀ ਓਏ ਬਦਮਾਸ਼ਾ ਅੱਬਾ ਬਾੜ ਬਾੜ ਕਮੀਜ਼ ਚੁੱਕਦਾ ਮੈਨੂੰ ਮੇਰੀ ਨਾਨੀ ਯਾਦ ਆ ਜਾਂਦੀ ਹੈ तेरी नानी भी बॉडी बिल्डर सी ते बाहर निकले हम किन्ने साल हो गए और किन्ना कोई कटना चाहनी ओ बदमाशा ओ किए इज्जत लूट लेना है ओ बदमाशा ओ किए अगो जवाब देना है ओए बाहर निकला बेगाता ओए बदमाशा ओके मेरा तरलैया ओए ओए बदमाशा ओके ओए बदमाशा ओके एनु कुछ नहीं कहना ए मेरे प्यार दी आखरी निशानी है ओए बदमाशा मोटे दा मुंडा मोटे दा भी नहीं चिंग चीड़ा पुत्र आए 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 बड़े ओ बदमाशा किए हत्था छत पाए ओए पानी तत्ता रखो ओए इने बार नहीं दिया मुंडिया ओए बदमाशा ओ किए हरी डंडी वाला उस्तरा मिल जाएगा ओ बदमाशा मां तो आया बदमाशा ओ किए
तमाशा यार एक गल कहनी तेनू पैसे चाहिए ना जगह टैक्सी चाहिए ना जगह टैक्सी चाहिए यार एक काम ही कर दे की मेरा ब्याह है मेरी बुढ़ी नहीं मनन दे हां वो गौसा में जा रहे फिर ए माड़ा जे हमें तो तकलीफ ही होनी है नहीं यार ये गलत पासे गल लेके जांदा जरा हां पता की नहीं हां बदमाशा ओए की है हाथ देख लेना हां जे किसी ने उंगल बहानी हो कल चौंक साडे बदमाशा दी गन्ना सटा के नचे अंदर आया तेरी बुढ़ी निकर पा के नचन दी यार तू बड़ा सोना नच रहा यार बदमाश पांच मिनट रहेगा यार ਤੈਨੂੰ ਨਾ ਇੱਕ ਸੀਰੀ ਬਹਾਉਣੀ ਹੂੰ ਮੈਂ ਕਿਹੜੀ ਜਿਹਨੋਂ ਵੀ ਕਾਰੀਗਰ ਔਰਤ ਹੀ ਆਸ ਉਹ ਕੌਣ ਹੈ ਅੱਜ ਸਹੀ ਚਲਾ ਹਾਂ ਭੈਣ ਉਹ ਕੀ ਹੈ ਸਾਡੇ ਘਰ ਮੁੰਡਾ ਆਇਆ ਉੱਥੇ ਵੀ ਨੱਚਣਾ ਜੇ ਆ ਸਤਿਕਾਰ ਬਾਦਸ਼ਾਹ ਸਲਾਮਤ ਖੁਸ਼ ਹੋਏ ਔਰ ਲੌਂਡੀਆਂ ਪੇਸ਼ ਕੀ ਜਾਏ ਬਦਮਾਸ਼ਾ ਓਏ ਮੈਂ ਫੇਰਾ ਵਾਂਗਾ ਓਏ ਕਿੰਨੀ ਤਕਲੀਫ ਹੈ ਤੇਰੇ ਪਿਓ ਦਾ ਬਦਮਾਸ਼ ਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਘਰ ਦੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਨੇ ਇਹਨਾਂ ਨੇ ਤਾਂ ਮੈਨੂੰ ਠੱਗੇ ਵਾਂਗੂ ਆਉਣ ਡਏ ਨੇ ਇਹ ਤੇ ਸ਼ੇਖਾਂ ਨਾਲੋਂ ਵੀ ਜਾਂਦੇ ਰਹੇ ਨੇ ਇੰਨੇ ਕੰਜੂਸ ਨੇ ਅੰਦਰ ਸਾਬਣ ਵੇਖ ਲਓ ਉਹਨੂੰ ਲੈਮੀਨੇਸ਼ਨ ਕਰਾ ਕੇ ਤੇ ਰੱਖਿਆ ਤਿੰਨ ਤਿੰਨ ਵਾਰੀ ਮੈਂ ਅਜਿਹਾ ਕਰਨਾ ਤੇ ਸਾਬਣ ਫੇਰ ਨਹੀਂ ਖੁਰੰਦਾ ਨਾ ਲੈਂਦਾ ਮੈਨੂੰ ਸਮਝ ਨਹੀਂ ਲੱਗਦੀ ਮੈਂ ਨੌਕਰੀ ਛੱਡ ਕੇ ਤੇ ਚੱਲ ਜਾਵਾਂ ਅਗਰ ਇਹ ਮੈਨੂੰ ਇੰਨਾ ਪਿਆਰ ਨਾ ਕਰਦੇ ਹੋ ਸਮਝ ਨਹੀਂ ਲੱਗਦੀ ਇੱਥੇ ਗੱਲਾਂ ਕਰਦਾ ਰਹੀ ਨਾ ਮਰਾਦਾ ਹੈ ਖਾਨਾ ਖਰਾਬਾ ਇੱਥੇ ਨਵਾਬ ਬਣ ਕੇ ਤੂੰ ਖਲੋਤਾ ਮੈਂ ਜਾ ਜਾ ਕੇ ਤਾਂ ਪਤਾ ਕਰ ਲਾ ਰਹੀ ਏਡੇ 에ਅਰਪੋਰਟ ਤੇ ਪਤਾ ਕਰ ਹਾਏ 6 ਦਿਨ ਹੋ ਗਏ ਨੇ ਇਹ ਕਿਹੜਾ ਹਨੀਮੂਨ ਹੈ ਜਿਹੜਾ ਅਜੇ ਤੱਕ ਮਨਾਇਆ ਹੀ ਨਹੀਂ ਗਿਆ ਉਹ ਬੀਬੀ ਜੀ ਮੈਂ ਤੁਹਾਨੂੰ ਦੱਸਣਾ ਇਹ ਜਾ ਰਿਹਾ ਕਿ ਤੁਹਾਡਾ ਪੁੱਤਰ ਤੁੱਤਬੂਤਰ ਨਹੀਂ ਰਿਹਾ ਹੁਣ ਉਹ ਟੈਲੀਫੋਨ ਆਇਆ ਸੀ ਤੇ ਉਰਦੂ ਦੇ ਵਿੱਚ ਮੈਨੂੰ ਗਾਲਾਂ ਕੱਢਣ ਡਿਆ ਸੀ ਟੈਲੀਫੋਨ ਆਇਆ ਸੀ ਇੰਗਲਿਸ਼ ਬੋਲ ਰਿਹਾ ਸੀ ਕਹਿੰਦਾ ਹੈਲੋ ਕੌਣ ਬੋਲ ਰਿਹਾ ਹੈ ਮੈਂ ਕਿਹਾ ਜੀ ਤੁਸੀਂ ਕੌਣ ਹੋ ਕਹਿੰਦਾ ਕੁੱਤੇ ਕੇ ਬੱਚੇ ਮੈਂ ਭੋਲਾ ਬੋਲ ਰਿਹਾ ਹਾਂ ਉਹ ਤੁੱਤਬੁੱਤ ਨਹੀਂ ਜੇ ਰਿਹਾ ਹੁਣ ਅਮਾਨ ਨਾ ਮੈਂ ਤੁਹਾਨੂੰ ਸਹੀ ਕਹਿ ਰਿਹਾ ਤੂੰ ਸੱਚ ਕਹਿਣ ਦੇ ਉਹਦੇ ਤਾਂ ਠਾਠ ਬਾਠ ਹੀ ਬਦਲੇ ਪੈ ਰਹੇ ਨੇ ਆਏ ਜੁਗ ਜੁਗ ਜੀਵੇ ਮੇਰੀ ਨੂੰ ਅਮਾਨ ਨਾ ਜਦੋਂ ਦੀ ਇਸ ਘਰ 'ਚ ਆਈ ਹੈ ਨਾ ਇਸ ਘਰ 'ਚ ਇੰਨਾ ਸਕੂਨ ਹੋ ਗਿਆ ਇੰਨੀਆਂ ਰਹਿਮਤਾਂ ਹੋ ਗਈਆਂ ਮੈਂ ਕਿਹਾ ਸਕੂਨ ਤੇ ਬਾਰਿਸ਼ ਬਣ ਕੇ ਵਰਸਣ ਰਿਹਾ ਸਾਡੇ ਘਰ 'ਚ ਬਿਲਕੁਲ ਬਿਲਕੁਲ ਜੀ ਹੈ ਹਾਂਜੀ ਮੰਨ ਲੈ ਫਿਰ ਮੈਂ ਜਿਹੜੀ ਖਬਰ ਹੈ ਨਾ ਤੇਰੇ ਸਾਹਿਬ ਨੂੰ ਸੁਣਾਉਣੀ ਆ ਮੇਰਾ ਤਾਂ ਸੀਨਾ ਹੀ ਠੰਡਾ ਹੋ ਗਿਆ ਗੱਲ ਸੁਣ ਕੇ ਮੇਰਾ ਠੰਡਾ ਤੂੰ ਸਤੂ ਪੀ ਕੇ ਨਹੀਂ ਮੇਰਾ ਬੇੜਾ ਕਰ ਕੀਤਾ ਆਪਣੇ ਸੀਨੇ ਠੰਡੇ ਕਰੀ ਜਾ ਇਹ ਤੋਂ ਅੱਗੇ ਹਰ ਵਕਤ ਤੂੰ ਇੱਥੇ ਖਲੋਤਾ ਰਹਿਣਾ ਮੇਰੇ ਵੀ ਕੰਮ ਕਰਿਆ ਕਰ ਕੋਈ ਆਪਣੇ ਕੰਮ ਆਪ ਕਰ ਤੂੰ ਹੁਣ ਵੱਡੀ ਹੋ ਗਈ ਮੇਰੇ ਕਹਿਣ ਦਾ ਮਕਸਦ ਹੈ ਤੁਹਾਨੂੰ ਇਹ ਪਤਾ ਲੱਗਾ ਕਿ ਤੁਹਾਡਾ ਤੁੱਤ-ਬੁੱਤ ਭਰਾ ਜਿਹੜਾ ਉਹ ਠੀਕ ਹੋ ਗਿਆ ਅੱਛਾ ਜੀ ਹਾਂਜੀ ਤੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਹੁਣ ਤਾਂ ਨਹੀਂ ਉਹ ਕਹਿੰਦਾ ਮੈਂ ਵਾਦਾ ਵਧਾਉਣਾ ਮੈਨੂੰ ਤੁਮੀ ਦੇ ਦਿਓ ਹੁਣ ਨਹੀਂ ਇੰਜ ਕਹਿੰਦਾ ਉਹ ਮੇਰੇ ਭਰਾ ਨੂੰ ਇੰਜ ਨਹੀਂ ਕਹਿਣਾ ਵਾਦਾ ਦੇ ਦੇ ਹੁਣ ਤਾਂ ਉਰਦੂ ਤੜਾ ਤੜ ਬੋਲ ਰਿਹਾ ਉਹ ਅੱਛਾ ਜੀ ਪਾਨ ਖਾਣੇ ਸ਼ੁਰੂ ਕਰਤੇ ਕਿਉਂਕਿ ਕਰਾਚੀ ਜੀ ਜਾਣਾ ਤੁਸੀਂ ਖੁਸ਼ ਹੋ ਨਾ ਹਾਂਜੀ ਆਪਣੇ ਭਰਾ ਦੀ ਖੁਸ਼ੀ ਦੇ ਨਾਲ ਤੁਸੀਂ ਖੁਸ਼ ਹੋ ਹਾਂਜੀ ਚਲੋ ਫਿਰ ਮੌਜ ਮੇਲਾ ਕਰੋ ਫਿਰ ਪੈ ਜਾ ਗਰੀਬ ਇਬਨੇ ਗਰੀਬ ਮਨਫੀ 2000 ਰੁਪਏ ਤਿੰਨ ਉਹ ਗਰੀਬਾ ਜੀ ਸਰ ਕਿਹਦਾ ਲਗਾ ਮੇਰਾ ਨਿਆ ਰੁਕ ਤੈਨੂੰ ਹਾਏ 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 ਇਹ ਸਾਰਾ ਮੇਰੀ ਇਸ ਸ਼ਹਜ਼ਾਦੀ ਦੀ ਬਦੌਲਤ ਹੈ ਫੌਰਨ ਅੰਦਰ ਇੰਤਜ਼ਾਮ ਕਰ ਅਸੀਂ ਦੋਵੇਂ ਅੰਦਰ ਆ ਔਰ ਬਹੁਤ ਥੱਕੇ ਆਏ ਆ ਮਰੀ ਤੋਂ ਹਨੀਮੂਨ ਤੋਂ ਸਾਨੂੰ ਅੰਦਰ ਚਾਹ ਪੁਚਾ ਖਾਣਾ ਪੁਚਾ ਇਹਦੇ ਤਾਂ ਜੂਣ ਹੀ ਬਦਲੀ ਪਈ ਹਾਂ ਉਹਦੇ ਬੁੱਢੀਆਂ ਬੰਦਿਆਂ ਨੂੰ ਠੀਕ ਕਰ ਲੈਣ ਤੇ ਫਿਰ ਹੋਰ ਚਾਹੀਦਾ ਕੀ ਹੈ ਏ ਕੋਤਿਆ ਤੈਨੂੰ ਨਹੀਂ ਪਤਾ ਲੱਗਾ ਹਾਂਜੀ ਹਾਂਜੀ ਉਹ ਆ ਗਿਆ ਹੀ ਪਤਾ ਹੈ ਮੈਨੂੰ मैं जाके लिया भाग जाना मैं भाव बशीर जी मेरी गल सुन जी बीबी जी
लेकिन मैं तुहाडी गल नहीं ना मान सकदा क्योंकि ओहनां ने मैनूं नौकर रख्या ते मैनूं पुत्रां वांगू पालिया। तेरी इन्नी जुरत बस कर दिओ बीबी जी बस कर दिओ। गरीब दी वी कोई इज्जत हुंदी है। बस मैं उन्हां दा काम करांगा उन्हां ने मैनूं कहा। अच्छा ते तेरी इज्जत है हुणे दसनी आ। तेन सारी जिंदगी भरा समझ के इस घर च रखा सी ते बगैरता अगे बोल पे जिन्हें अज भोले नु सीधा किया बोल पे दबा जा अज तो बाद मनो शकल मनो है ना इस घर च तेरे लिए कोई जगह नहीं हैगी सुनिया। ठीक है साहब जी मैं तो इतों चला जाना साहब जी लेकिन मेरी एक गल याद रखना एक दिन ऐसा जरूर आएगा तुसी सारे नू वादा दोगे तो कोई ताड़ी आवाज़ सुनने वाला नहीं होएगा कोई आवाज़ सुनने वाला नहीं होएगा तो उदन तुहानू ये गरीब नौकर याद आएगा तुहानू। मेरी जान मेरी जिंदगी तू क्यों रोन दी मैं जो होएगा वा तू ना रोया कर। अच्छा छेती ना तैयार हो जा तेन याद है फिल्म देखने जाना सी। हां हां बिल्कुल ठीक है। तेरे कपड़े कितने छोटी भैन बहुत ही लेजी है मैं अंदर तैयार हो रहा हूँ चेंज कर रही है तू उसको कपड़े लेके अंदर। कपड़े किथे नहीं ओ दरअसल भाभी सूट मेरे को सड़ गया है। नहीं तेरा खाना खराब होवे सतिया नाश होवे तेरा मेरा इतना कीमती सूट साड़ दे मैं ते तेरी गुद फुट छड़ा के तेरा खाना खराब होवे। भाभी पहले तो तुसी बड़ा मैनू बहन छोटी बहन बड़ा प्यार कर दे सो तो नाल ही अपनी आंखें तुसी मथे ते रख लीतियां ने। नहीं तेरी इन्नी जुड़त तू मेरे सामने जुबान चलाएगी हुण अंदर दस दियो। हां 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 हफ्फे कुत्ता मैं रोया ते मेरी बीबी नु कौन छेड़दा बार बार मैं की दसा ए छोटी तोड़ी पैर हो के वड्डी परजाई ते जुल्म कर दी है मेरा सूट साड़ दिता है मैं नु कुछ भी नहीं किया। तेनू तमीज नहीं अपनी भाभी नाल गल करन दी सारी जिंदगी तो वावा करदी रही है कि मेरे भरा दा विआह होवे परजाई आवे इस घर च ते जदों परजाई आ गई ते फौरन तवा जा इथों चली जा अज तो बाद मैनूं अपनी मनुष्य शकल वहाई चली जा मामे को गौच इस घर च तुहाडे लई कोई जगह नहीं ये घर मेरा है मेरा सुनिया तुसीं हुण मूंह की देखनी पई है जा चली जा और मामे दा पुत्तर नूं लै ते निकल इथों तवा जा चली जा। सुने सुने तुसीं क्यों रोंदे हो मैं गोमा तुहाडी खातर अपनी भैण वी कर दित्ता तुसीं इथे हो जाओ ਤੁਸੀਂ ਇਸੀ ਹੋ ਜੋ ਤੁਸੀਂ ਤਿਆਰ ਹੋਵੋ ਅੰਦਰ ਮੈਂ ਤਿਆਰ ਹੋਣ ਲੱਗਣਾ ਮੈਂ ਹਜੇ ਦੂਜੀ ਪੈਂਟ ਇੱਥੇ ਲਿਆਉਣਾ ਤੂੰ ਫੇਰ ਕੋ ਕੰਮ ਪਾ ਦੇਣੀ ਮੈਂ ਕਿਸ ਬੇਟੀ ਜੀ ਜਿਸ ਮਕਸਦ ਲਈ ਮੈਂ ਤੈਨੂੰ ਇੱਥੇ ਭੇਜਿਆ ਸੀ ਉਹ ਪੂਰਾ ਹੋਇਆ ਕਿ ਨਹੀਂ ਲੋ ਤੂੰ ਮੈਨੂੰ ਕੰਮ ਕਵੇ ਤੇ ਸਵੀਟੀ ਨਾ ਕਰੇ ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਮਿਸ਼ਨ ਦਾ ਆਵਾਜ਼ ਕਰ ਚੁੱਕੀ ਆ ਨੌਕਰ ਵੀ ਕਰੋ ਕੱਢ ਦਿੱਤਾ ਤੇ ਭੈਣ ਵੀ ਜ਼ਿੰਦਾਬਾਦ ਮੈਨੂੰ ਤੇਰੇ ਤੇ ਹੋਈ ਉਮੀਦ ਸੀ ਸਵੀਟੀ दौलत लैके मुल्क को बाहर जाके शादी कर लीए नहीं हो सकता तू अपने दोस्त नु मार देगा सिर्फ दौलत की खातिर तू अपने यार नु मार सकना है ते मैं की चीज हाँ तू मैनु भी मार सकना है पहले तो मैं भोले नाल प्यार नहीं सा करती ਉਹਨੇ ਮੈਨੂੰ ਇੰਨਾ ਕੁ ਪਿਆਰ ਦਿੱਤਾ ਕਿ ਮੈਂ ਇਹਨੂੰ ਦਿਲੋਂ ਪਿਆਰ ਕਰਨ ਲੱਗ ਪਈ ਆ ਤੇ ਭੋਲੇ ਨੂੰ ਮੇਰਾ ਖਾਵਨ ਹੋਣਾ ਚਾਹੀਦਾ ਹੈ। ਉਹ ਤੂੰ ਸਵੀਟੀ ਹੈ ਕੁੰਕੁਮ ਨਾ ਬਣ ਅੰਨਾ ਖਰਾਬੇ ਤੂੰ ਮੇਰੇ ਨਾਲ ਪਿਆਰ ਦੇ ਵਾਅਦੇ ਕੀਤੇ ਨੇ ਤੂੰ ਮੇਰੇ ਨਾਲ ਮੁਹੱਬਤ ਕਰਨੀ ਹੈ ਜਾ ਨਿਕਲ ਜਾ ਇਥੋਂ ਮੈਂ ਭੋਲੇ ਨਾਲ ਪਿਆਰ ਕਰਨੀ ਆ। ਇਹ ਤੂੰ ਕੀ ਕਹਿ ਰਹੀ ਹੈ ਸਵੀਟੀ ਸਹੀ ਕਹਿ ਰਹੀ ਹੈ ਵਾਹ ਤੂੰ ਯਾਰ ਨਹੀਂ ਯਾਰ ਮਾਰ ਨਿਕਲਿਆ ਆ ਯਾਰ ਤੇ ਯਾਰਾਂ ਦੀ ਜਗ੍ਹਾ ਤੇ ਆਪਣੀਆਂ ਗਰਦਨਾਂ ਤੱਕ ਕੁਰਬਾਨ ਕਰ ਦਿੰਦੇ ਨੇ ਓਏ ਤੂੰ ਕਿਹੋ ਜਿਹਾ ਯਾਰ ਹੈ ਜਿਹੜਾ ਮੇਰੇ ਘਰ ਨੂੰ ਸੰਨ ਲਾ ਕੇ ਬਹਿ ਗਈ ਓਏ ਤੈਨੂੰ ਯਾਰ ਕਹਿੰਦੇ ਆ ਵੀ ਮੈਨੂੰ ਸ਼ਰਮ ਆ ਰਹੀ ਹੈ ਮੈਨੂੰ ਲੱਗਦਾ ਯਾਰ ਦੇ ਨਾਂ ਨੂੰ ਗਾਹ ਲੈ ਤੂੰ ਇਸ ਤੋਂ ਪਹਿਲੇ ਕਿ ਮੈਂ ਪੁਲਿਸ ਬੁਲਾਵਾਂ ਔਰ ਤੈਨੂੰ ਇਸ ਘਰ ਚੋਂ ਜ਼ਲੀਲ ਕਰਕੇ ਜੁੱਤੀਆਂ ਮਾਰ ਕੇ ਕਢਾਵਾਂ ਦਵਾ ਜਾ ਇੱਥੋਂ ਚਲਾ ਜਾ ਇੱਥੋਂ ਔਰ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਪੈਰ ਨਾ ਪਾਈ ਜਾਨਾਂ ਕੇ ਅੰਦਰੋਂ ਵਾਜਾ ਫੜਾ। एक गल याद रखी स्वीटी मेरी बददुआ ही तू मैं फिर आंडे बेचन ते मजबूर किया बहुत खुशी हुई मैं
मैनू आई लगता है कि वाकई अल्लाह मियां ने मेरे से कोई मेहरबानी कर दी है। वाह मेरे परवरदिगारा, तू गफूर रहीम है, तू सब का परवरदिगार है, तू जो चाहे कर सकना। वाह नीली छतरी आलिया, एडी मुहब्बत करने वाली बीवी और मेरे वर्गे पागल सीधा भी कर दिता है। तेरा लख शुक्र है मेरे परवरदिगारा, तेरा लख शुक्र है।